ਹਾਂਜੀ, ਕਿਵੇਂ ਹੋ ਬਰੋ? ਠੀਕ ਹੋ? ਕੀ ਹਾਲ ਅਰਸ਼ ਬਾਈ? ਵਧੀਆ, ਤੁਸੀਂ ਦੱਸੋ? ਸੈਟ ਵਧੀਆ ਵਧੀਆ, ਆਹ ਕਿਵੇਂ ਹੈ? ਸੈਟਾਂਗੇ ਵਧੀਆ ਵਧੀਆ ਬਾਈ, ਗਰਮੀ ਬੜੀ ਹੈ ਯਾਰ, ਹੈਨਾ? ਮੈਂ ਤਾਂ ਅੱਜ ਆਇਆ ਘਰੋਂ, ਦੁਕਾਨ ਤੇ ਹੁੰਦਾ, 3 ਮਹੀਨਿਆਂ ਬਾਅਦ ਹੀ ਆਇਆ ਮੈਂ ਤਾਂ ਅੱਜ ਗਰਾਊਂਡ 'ਚ। ਹਾਂਜੀ ਰੋਹਿਤ ਵੀਰ ਜੀ, ਉਹ ਬੈਟ ਲੈ ਕੇ ਆਪਣਾ। ਠੀਕ ਹੈ ਜੀ, ਚਲੋ ਯਾਰ ਮੈਚ ਸ਼ੁਰੂ ਕਰੋ ਹੁਣ। ਹਾਂਜੀ ਕੀ ਹਾਲ ਹੈ ਜੀ ਸਾਰੇ ਭਰਾਵਾਂ ਦੇ? ਸਤਿ ਸ੍ਰੀ ਅਕਾਲ, ਕੀ ਹਾਲ ਹੈ ਦੋਸਤੋ? ਸਾਰੇ ਵੀਰ ਜੋੜ ਜੋੜ ਨਾ ਕੇ ਆਈ ਗੱਲ ਹੈ ਅੰਕੁਸ਼। ਹਾਂਜੀ ਹਾਂਜੀ, ਕੀ ਹਾਲ ਹੈ ਜੀ? ਇਹ ਜੇ ਮੱਟੂ, ਜਸਪ੍ਰੀਤ ਸਿੰਘ, ਬਲਕਾਰ ਸਿੱਧੂ। ਹਾਂਜੀ ਹਾਂਜੀ, ਚੱਲ ਪਿਆ ਮੈਚ, ਸ਼ੇਅਰ ਕਰ ਦਿਓ ਇੱਕ ਇੱਕ ਵਾਰੀ ਮਿਸ ਆਪਣੇ ਬਾਰਿਸ਼ ਨਹੀਂ ਲੈਣੀ। ਇੱਥੇ ਤਾਂ ਬਾਈ ਗਰਮੀ ਬਹੁਤ ਜ਼ਿਆਦਾ ਬਾਈ, ਕੀ ਦੱਸਾਂ, ਸਲਟ ਗਿਆ ਹੁਣ ਰੋਲਾ ਰੱਪਾ ਸਾਰਾ, ਲਾਈਵ ਹੋ ਕੇ ਸਾਰਾ ਕੁਝ ਦੱਸਤਾ। ਕੋਈ ਨਾ ਵੀਰੇ, ਕਰ ਲਾਂਗੇ ਗੱਲ ਸ਼ਾਮ ਨੂੰ, ਮੈਨੂੰ ਕਾਲ ਕਰ ਲਿਓ। ਗੌਰਵ ਕੁਮਾਰ, ਹਾਂਜੀ ਕਿਵੇਂ ਹੋ? ਠੀਕ ਠਾਕ ਹੋ ਸਾਰੇ ਭਰਾ? ਡੀਜੇ ਆਇਆ ਵੀਰੇ, ਆਇਆ ਗੰਗਾ ਨਗਰੀਆ, ਸਾਰੇ ਪਲੇਅਰ ਆਏ ਆ। ਪਹਿਲਾ ਸੈਮੀਫਾਈਨਲ ਮੈਚ ਸ਼ੁਰੂ ਹੋਣ ਲੱਗਿਆ, ਅਗਲਾ ਮੈਚ ਕੋਣੀ ਤੇ ਕੁੰਡਲ, ਦੋਨੇ ਮੈਚ ਖੜਕੇ ਦੜਕੇ ਵਾਲੇ। ਕਰ ਦੋ ਸ਼ੇਅਰ, 150 ਬੰਦਾ ਹੋ ਗਿਆ, ਹਜੇ ਮੈਚ ਸ਼ੁਰੂ ਨਹੀਂ ਹੋਇਆ। ਸਾਰੇ ਗਰੁੱਪਾਂ 'ਚ ਇੱਕ ਇੱਕ ਵਾਰੀ ਸ਼ੇਅਰ ਕਰ ਦੋ। ਕੀ ਕਹਿ ਸਕਦੇ ਆ ਬਾਈ ਹੁਣ ਆਪਾਂ, ਇਹ ਚੱਕਰ ਤੇ ਟੱਕਰ ਸਿਰੇ ਦੀ ਕਦੇ ਕਦੇ ਦੇਖਣ ਨੂੰ ਮਿਲਦੀ ਆ ਯਾਰ। ਫੋਨ ਹੀ ਰੋਹਿਤ ਦਾ ਕਿੱਧਰ ਗਿਆ? ਸਿੰਪਲ ਕੈਮਰਾ ਬਰੋ। ਹਾਂਜੀ ਬਾਪਾ ਜੀ, ਮੈਂ ਉਹ ਸਮਾਨ ਦੇਣਾ ਸੀ ਇਹਨਾਂ ਨੂੰ, ਸੰਦੀਪ ਤੇ ਗੰਗਾ ਨਗਰ ਚ ਖੇਡਦਾ, ਥੋਪਰੀਆਂ ਚ ਖੇਡਦਾ, ਮੈਂ ਭੇਜਤਾ ਹੁਣ, ਮੈਂ ਰੋਟੀ ਰੋਟੀ ਖਾ ਲੂ ਸਵੇਰ ਦਾ ਬੈਠਾ। ਕਾਟਲ ਵਾਲਾ ਨੇ ਓਬਜੈਕਸ਼ਨ ਕਰੀ ਹੈ, ਕੋਈ ਨਾ ਦੱਸੋ। ਹਾਂਜੀ ਹਾਂਜੀ ਠੀਕ ਹੈ, ਕਾਟਲ ਵਾਲਾ ਸੱਚੇ ਹੈ ਕਿ ਝੂਠੇ ਹੈ? ਕਿਵੇਂ
ਕਿਹੜਾ ਸੰਦੀਪ ਆਇਆ ਕੇ? ਵਾਹ 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 ਸਰ ਆ ਜਾਵਾਂ ਕੰਮ ਜਾਵਾਂ ਕੀ ਹਾਲ ਹੈ ਹਨੀ ਵੀਰ ਜੀ? ਠੀਕ ਆ ਵਧੀਆ ਤੁਹਾਡਾ? ਉਹ ਮੈਨੂੰ ਪਤਾ ਨਹੀਂ ਸੀ ਇੰਨੀ ਗਰਮੀ ਹੋਊਗੀ। ਮੈਂ ਮੌਸਮ ਵਧੀਆ ਹੋਊਗਾ, ਮੈਂ ਕਾਰ 'ਚ ਨਹੀਂ ਪਤਾ ਲੱਗਿਆ ਨਾ, ਦੁਕਾਨ 'ਤੇ ਬੈਠਾ ਸੀ ਨਾ, ਕਈ ਦਿਨ ਆਇਆ ਨਹੀਂ ਫਿਰ ਮੈਂ। ਹੋਰ ਸੈੱਟ ਹੈ ਬਾਈ? ਦੱਸੀ ਤਾਂ ਜਾਂਦਾ ਯਾਰ, ਰਿਪਲਾਈ ਦੋ ਤੇਰਾ ਕਰਦਾ ਬਲਕਾਰ ਬਾਈ। ਮੈਨੂੰ ਲੱਗਦਾ ਯਾਰ ਆਵਾਜ਼ ਤੁਹਾਨੂੰ ਸੁਣੀ ਨਹੀਂ ਮੇਰੀ, ਆਵਾਜ਼ ਤੇਜ਼ ਕਰ ਲਓ ਮਾੜੀ ਜੀ ਫੋਨ ਦੀ। ਲਾਈਵ ਹੋਏ ਸੀ ਵੀਰੇ, ਚੈੱਕ ਕਰ ਲਓ ਤੁਸੀਂ, ਲਾਈਵ ਹੋਏ ਸੀ ਆਪਾਂ 2 ਮਿੰਟ ਪਹਿਲਾਂ ਹੀ, ਉਹਦੇ ਸਾਰਾ ਕੁਝ ਦੱਸਤਾ, ਤੁਸੀਂ ਦੇਖ ਸਕਦੇ ਹੋ। ਬੜੀ ਗਰਮੀ ਹੈ ਤੇਰੇ ਬਿਨਾ ਰੌਣਕ ਨੀ। ਹਾਂਜੀ ਹਾਂਜੀ ਠੀਕ ਹੈ ਠੀਕ ਹੈ। ਕੀ ਅਕਸਰ ਖਾਰ ਵਾਰ ਲਾਈਵ ਬਾਈ ਪੈਸੇ ਲੈ? ਨਹੀਂ ਨਹੀਂ ਬਾਈ ਇਹੋ ਜਿਹੀ ਕੋਈ ਗੱਲ ਨੀ ਯਾਰ। ਹੋਰ ਬਤਾਓ ਹੋਰ ਕੋਈ ਸੇਵਾ? ਨਹੀਂ ਉੱਥੇ ਹੋ ਗਈ ਵਾ ਠੀਕ ਹੈ। ਰੋਹਿਤ 25 ਤਰੀਕ ਨੂੰ ਹੋ ਗਿਆ ਉੱਥੇ ਕਿੰਨਾ ਚ ਰੜੇ ਵਾਲੇ ਚ ਕੇ 25 ਤਰੀਕ ਨੂੰ ਇੱਕ ਦਿਨ ਦਾ ਟੂਰਨਾਮੈਂਟ 51 ਯਾਰ ਐਂਟਰੀ ਸੀ। ਨਹੀਂ ਹਜੇ ਕਿੰਨੇ ਵਾਰ ਦੇ? 3 ਵਾਰ ਹੋਈਆਂ, ਇੱਕ ਦਿਨ ਦਾ ਟੂਰਨਾਮੈਂਟ ਐਂਟਰੀ ਫ੍ਰੀ। ਇੰਨੇ ਮਰ ਜਾ ਰਹੇ ਹੱਟੀ ਬੈਠ ਜਾਓ ਯਾਰ, ਕਿਉਂ ਮੈਚ ਖਰਾਬ ਕਰੋ? ਫੇਰ ਵਿਚਾਲੇ ਤੀਸਰਾ ਕੇ ਗੁੱਤਾ ਮਾਰਨ ਲੱਗ ਗਿਆ। ਨਾ ਨਾ ਬਾਹਰ ਕੱਢ ਦਿਆ ਕਿ ਗਲਤ ਬਾਤ ਹੈ, ਬੈਟਿੰਗ ਪਵਨ ਵੀ ਆ ਗਿਆ।
ਕਰੋ ਸ਼ੁਰੂ ਮੈਚ, ਸ਼ੇਅਰ ਕਰ ਦੋ ਬਾਈ, ਇੱਕ ਇੱਕ ਵਾਰੀ ਮੈਚ ਸ਼ੁਰੂ ਹੋਣ ਲੱਗਿਆ ਹੁਣ। ਮੋਬਾਈਲ ਹੈ ਨੀ ਗੇ ਕਿਸੇ ਕੋਲੇ? ਸਚਿਨ ਵੀਰ ਜੀ ਸਤਿ ਸ੍ਰੀ ਅਕਾਲ। ਆਪਸ਼ਨ ਕਦੇ ਕਦੇ ਮਿਲਦੇ ਆ, ਇੱਕ ਜਣਾ ਲੈ ਕੇ ਪੈਰ ਆ ਜਾਓ ਜੀ ਜਲਦੀ। ਸਾਰਾ ਦਿਖਾਵਾਂਗੇ, ਬੇਫਿਕਰੋ ਬਾਈ, ਹੁਣ ਸਰਾ ਲਾਵਾਂਗੇ, ਹੁਣ ਲਾਈਵ ਸਹੀ ਚੱਲੀ ਜਾਂਦਾ, ਦੱਸੋ ਕਮੈਂਟ ਕਰਕੇ। ਸ਼ੁਰੂਆਤ ਹੋਣ ਲੱਗੀ ਹੈ, ਲੈ ਵੀ ਕੋਨੀ ਵਾਲਾ ਹੁਣ ਇੱਥੇ ਜਗ੍ਹਾ ਮਿਲਦੀ ਹੈ, ਦੱਸ ਜੋ ਹੁਣ ਚੁੱਪ ਕਰਕੇ ਵੱਡੇ ਮੈਚ ਦੀ ਸ਼ੁਰੂਆਤ ਹੋਣ ਲੱਗੀ ਹੈ। ਖਾਦ ਲਵਾਣਾ ਤੇ ਗੰਗਾਨਗਰ ਪਹਿਲੀ ਬਾਲ ਵਾਈਡ, ਮੁੰਡਾ ਕਹਿੰਦੇ ਖਾਦ ਲਵਾਣੇ ਵਾਲਾ ਕਹਿੰਦੇ ਮੱਥਣ ਜਿਹੜਾ ਕਹਿੰਦੇ ਪਾ ਗਿਆ ਵੀ ਗੱਭਰੂ ਦੇਸ਼ ਮੇਰੇ ਦੇ ਸੋਹਣੇ ਫਿੱਕਾ ਚੌੜੀਆਂ ਤੇ ਮਨਮੋਹਣੇ ਆ ਗਏ ਵਿੱਚ ਮੈਦਾਨਾਂ ਦੇ ਦੇਖਣ ਵਾਲੇ। ਥੈਂਕ ਯੂ ਵੀਰੇ, 300 ਬੰਦਾ ਹੋ ਗਿਆ ਇੱਕ ਇੱਕ ਵਾਰੀ ਯਾਰ, ਇੱਕ ਇੱਕ ਵਾਰੀ ਸ਼ੇਅਰ ਕਰੋਗੇ 600 ਬੰਦਾ ਜੁੜ ਜੂ ਲਾਈਵ ਤੇ। ਅਗਲਾ ਮੈਚ ਕੁੰਡਲ ਤੇ ਕੋਣੀ ਸ਼ੁਰੂਆਤ। ਥੈਂਕ ਯੂ ਬਾਈ, ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਯਾਰ, ਜਿੰਨੇ ਭਰਾ ਲਾਈਵ ਨਾਲ ਜੁੜੇ ਆ। ਠੀਕ ਹੈ ਬਾਈ, ਬਾਲ ਨੂੰ ਫ੍ਰੀ ਹਿੱਟ ਜਾ ਰਹੀ ਹੈ। ਬੈਠ ਜਾ ਵੀਰੇ ਯਾਰ, ਖੇੜੇ ਆ ਜਿਹੜੇ ਮੈਂ ਚੱਲ ਪਿਆ ਵੀਰ ਬਣ ਕੇ, ਨਾ ਵੀ ਰੋਕੋ ਨਾ ਮਰਨੇ ਪੈਣੇ ਫੈਸਲੇ ਜਿਹੜੇ ਹੋ ਗਏ, ਕਹਿੰਦਾ ਵੀ ਖਾਤਾ ਨਾ ਕਰਦੇ ਬਾਲ, ਕੋਈ ਚੱਕਰ ਨੀ, ਫ੍ਰੀ ਹਿੱਟ ਜਾ ਰਹੀ ਹੈ ਬਾਈ ਜੀ। ਗਰਾਊਂਡ ਕਲੀਅਰ ਕਰ ਦਿਓ, ਠੀਕ ਹੈ ਵੀਰ, ਕੋਈ ਵੀ ਗਰਾਊਂਡ ਦੇ ਅੰਦਰ ਦੀ ਨਾ ਲੰਘਿਆ ਕਰੋ, ਬਾਹਰ ਸਾਈਡ ਤੇ ਜਗ੍ਹਾ ਪਈ। ਥੈਂਕ ਯੂ ਵੀਰੇ ਗੁਰਜੰਟ ਬਾਈ, ਬਹੁਤ ਬਹੁਤ ਧੰਨਵਾਦ, ਪ੍ਰਵਾਨ ਕਰਿਆ ਕਰੋ, ਵੱਡਾ ਮੇਲਾ ਬਾਈਆਂ ਦਾ ਸਾਥ ਦਿਓ। ਜਿਹੜੇ ਬੈਕ ਸਾਈਡ ਆ ਉਹ ਵੀਰ ਕੋਈ ਵੀ ਲਾਈਵ ਦੇ ਨੇੜੇ ਨਾ ਆਇਓ, ਤੇ ਜਿਹੜੇ ਦੂਰ ਵੀ ਬੈਠੇ ਆ ਵਿਕਟਾਂ ਨੂੰ ਪੈਰ ਲੱਗ ਗਿਆ ਕਹਿੰਦੇ। ਪੈਰ ਲੱਗ ਗਿਆ ਵਿਕਟਾਂ ਨੂੰ ਗੇ, ਨਾ ਮਿਲੇ ਪਰ ਚਲਾਓ ਯਾਰ ਮੈਚ, ਵਿਕਟਾਂ ਨੂੰ ਪੈਰ ਲੱਗ ਗਿਆ ਗੇ, ਅਨਿਲ ਕੀ ਹੈ ਵਿਕਟਾਂ ਨੂੰ ਪੈਰ ਲੱਗ ਗਿਆ। ਓ ਯਾਰ ਅੰਪਾਇਰ ਬਾਹਰ ਨੇ ਇਸੇ ਕਰਕੇ ਬੁਲਾਇਆ ਵੀ ਕੋਈ ਰੋਲਾ ਨਾ ਪਵੇ ਯਾਰ, ਤੂੜੇ ਆ ਯਾਰ ਉਹਨੇ ਆ ਜਾ। ਸੱਤ ਓਵਰ ਹੀ ਹੈ ਨਾ ਬਾਈ, ਦੋ ਬਾਲ ਹੈ, ਸੱਤ ਓਵਰ ਹੀ ਲਓ ਜੀ, ਪਹਿਲੇ ਓਵਰ ਦੀਆਂ ਬਾਲਾਂ ਨੇ, ਜੇ ਵਿਕਟਾਂ ਨੂੰ ਪੈਰ ਲੱਗ ਗਿਆ ਫਿਰ ਤੁਹਾਨੂੰ ਹੀ ਹੁੰਦੀ ਹੈ, ਬਾਡੀਆਂ ਖਿਲਾਰੀਆਂ
ਜਿੱਤਣਾ ਪੈਂਦਾ ਹੈ ਲਾ ਕੇ ਜੋਰ ਚੋਟੀ ਅੱਡੀ ਦਾ ਅੰਪਾਇਰ ਬਾਹਰੋਂ ਆਇਆ ਯਾਰ ਮੈਨੂੰ ਲੱਗ ਜਾਏ ਇਸ਼ਕ ਖੇਡ ਕਿਸੇ ਵੱਡੀ ਦਾ ਫ੍ਰੀ ਫੁੱਟਬਾਲ ਮੰਥਰ ਕਹਿੰਦੇ ਪਾਉਂਦਾ ਉਹਦੇ ਨੇ ਪਾਸੇ ਅੰਦਰ ਨੌਜਵਾਨ ਜਿੰਨੇ ਕਹਿੰਦੇ ਹਿੱਟ ਬੜੀ ਕਮਾਲ ਦੀ ਖੇਡੀ ਹੈ ਤੇ ਸਾਹਮਣੇ ਉਹਦੇ ਨੇ ਪਾਸੇ ਵੇਖਾਂਗੇ ਜਿਹੜੇ ਕਹਿੰਦੇ ਚਾਰ ਸਕੋਰਾਂ ਨਹੀਂ ਵੱਧਦੇ ਉਹ ਮੁੰਡਾ ਕਹਿੰਦੇ ਆਪਣੀ ਟੀਮ ਵਾਸਤੇ ਕਰ ਗਿਆ ਇੱਕ ਪਾਸੇ ਸ਼ਹਿਰ ਵੀ ਕਹਿੰਦੇ ਟੀਮ ਗੰਗਾ ਨਗਰ ਵਾਲੇ ਮੁੰਡੇ ਜਿਹੜੇ ਕਹਿੰਦੇ ਬੱਲੇਬਾਜ਼ੀ ਕਰ ਰਹੇ ਹੈ ਬਾਈ ਸਾਰਾ ਕੁਝ ਕੀ ਦਿਖਾਈ ਹੋਣਾ ਵਸਿਆ ਕਹਿੰਦੇ ਗੰਗਾ ਨਗਰ ਦੀ ਗੁੱਟਾ ਦਾ ਕਹਿੰਦੇ ਨਿਗ ਮਾਨ ਦਾ ਪਿੰਡ ਕਹਿੰਦੇ ਖਾਣ ਬਾਣਾ ਆਹ ਮੁੰਡੇ ਕਹਿੰਦੇ ਉੱਥੇ ਚੱਲ ਕੇ ਆਏ ਆ ਮਾਲਾ ਪਾਉਂਦੇ ਆ ਉਹ ਫੀਲਡਿੰਗ ਯਾਰ ਬਾਈ ਠੀਕ ਹੈ ਠੀਕ ਹੈ ਯਾਰ ਪੱਪੂ ਪਟਾਕਾ ਸਾਵਕ ਨਹੀਂ ਨਹੀਂ ਪੱਪੂ ਪਟਾਕਾ ਰੋਟੀ ਖਾਣ ਗਿਆ ਬਾਈ ਸੈਮੀ ਚ ਬਾਈ ਕੁੰਡਲ ਤੇ ਕੋਣੀ ਓ ਵਾਹ ਆ ਗਿਆ ਸੰਦੀਪ ਸੰਦੀਪ ਆ ਗਿਆ ਮੇਰੇ ਮਿੱਤਰੋ ਮੈਂ ਤਾਂ ਯਾਰ ਫੋਨ ਹੀ ਕਰ ਲਓ ਬਾਈ ਯਾਰ ਅਗਲਾ ਮੈਚ ਹੈ ਵੀਰੇ ਕੋਣੀ ਤੇ ਕੁੰਡਲ ਦਾ ਅਗਲੀ ਵਾਰ ਫਿਰ ਸੰਦੀਪ ਤੇ ਮੰਥਨ ਟੱਕਰ ਸਿਰੇ ਦੀ ਬੋਲ 7 ਰਨ ਹੋ ਗਏ ਪਹਿਲਾ ਸੈਮੀਫਾਈਨਲ ਮੈਚ 7-7 ਓਵਰ ਦਾ ਮੈਚ ਨਵੀਆਂ ਬੋਲਾਂ ਕਿ ਪੁਰਾਣੀਆਂ ਹੁਣ ਪੁਰਾਣੀਆਂ ਹੈਗੀਆਂ ਹੁਣ ਪਹਿਲਾਂ ਨਵੀਆਂ ਚੱਲੀ ਜਾਂਦੀ ਸੀ ਨਾ ਨਹੀਂ ਪੁੱਲਾਂ 'ਚ ਅਗਲੀ ਵਾਰ ਫਿਰ ਸੰਦੀਪ ਤੇ ਮੰਥਨ ਵਾਹ ਸਿਰੇ ਦੀ ਬੋਲ 5 ਬੋਲਾਂ 7 ਰਨ ਆਇਆ ਹੁਣ ਤੱਕ 400 ਬੰਦਾ ਹੋ ਗਿਆ ਅਤੇ ਕਰ ਦਿਓ ਸ਼ੇਅਰ ਇੱਕ ਇੱਕ ਵਾਰੀ ਹੋਰ ਪਹਿਲਾ ਸੈਮੀ ਲਾਸਟ ਬੋਲ ਓਵਰ ਦੀ ਲਾਸਟ ਬੋਲ ਪੈਂਦੀ ਹੋਏ ਬੋਲ ਖੇਡਿਆ ਹੋਇਆ ਸ਼ੋਟ ਤੇ ਇੱਥੇ ਰੱਖ ਛੱਕਾ ਵੱਜ ਗਿਆ ਲਾਸਟ ਬੋਲ ਤੇ ਵੱਜ ਗਿਆ ਛੱਕਾ ਤੇ ਰਨ ਹੋ ਗਏ 13 ਇੱਕ ਓਵਰ ਰਨ ਹੋ ਗਏ ਵੀਰੇ ਇੱਕ ਓਵਰ ਅਗਲਾ ਓਵਰ ਲੈ ਕੇ ਆ ਗਿਆ ਝੋਟੇ ਕੁੱਟ ਅਗਲਾ ਓਵਰ ਲੈ ਕੇ ਆ ਗਿਆ ਝੋਟੇ ਕੁੱਟ ਅਰਸ਼ ਆ ਗਿਆ ਰਹਿਣ ਵਾਲਾ ਜਿਹਨੇ ਪੂਲ ਕਲੀਅਰ ਮੈਚ 'ਚ ਸਿਰਾ ਕਰਾਇਆ ਸੀਗਾ ਤੇ ਟੀਮ ਨੂੰ ਪੂਲ ਕਲੀਅਰ ਕਰਾਇਆ ਸੀ ਡੀਜੇ ਹੈਗਾ ਵੀਰੇ ਹਾਂਜੀ 13 ਹੋ ਗਏ ਵੀਰੇ ਇੱਕ ਓਵਰ ਅਗਲਾ ਓਵਰ ਅਰਸ਼ ਰਹਿਣ ਵਾਲਾ
ਵਾਹ ਜੀ ਵਾਹ, ਆਹ ਸਹੀ ਕਿੱਥੇ ਵੀਡੀਓ ਬਹੁਤ ਵਾਇਰਲ ਹੋਈ ਅਰਸ਼ ਦੀ ਤੇ ਸੋਹਣੇ ਦੀ। ਹਾਂਜੀ ਹਾਂਜੀ ਬਾਈ, ਹੈਲੋ, ਹਾਂਜੀ ਹਾਂਜੀ, ਹੁਣ ਆਪਾਂ ਟੂਰਨਾਮੈਂਟ ਤੇ ਵਾਪਸੀ ਆਇਆ ਕਰਾਂਗੇ। ਹੁਣ ਆਪਾਂ ਪਹਿਲੀ ਬਾਲ ਖੇਡਿਆ ਹੋਇਆ ਸ਼ੋਟ, ਬਹੁਤ ਸੋਹਣਾ ਸ਼ੋਟ ਇੰਦਰ ਦਾ, ਗੈਪ ਚ ਖੇਡਿਆ ਤੇ ਚਾਰ ਰਨ, ਪਹਿਲੀ ਬਾਲ ਤੇ ਚੌਕਾ। ਅਗਲਾ ਮੈਚ ਕੁੰਡਲ ਤੇ ਕੋਣੀ, ਤਾਰੀ ਆਇਆ ਵੀਰੇ, ਸਾਰੇ ਗੰਗਾ ਨਗਰ ਵਾਲੇ ਆਏ ਆ ਮੁੰਡੇ ਜਿਹੜੇ ਖੇਡਦੇ ਆ। ਅਗਲੀ ਵਾਰ ਫਿਰ ਅਰਸ਼ ਤੇ ਇੰਦਰ, ਟੱਕਰ ਸਿਰੇ ਦੀ, ਆਹ ਮੁੰਡੇ ਦੀ ਅਕਸਰ ਤੁਸੀਂ ਵੀਡੀਓ ਦੇਖੀ ਹੋਣੀ ਆ, ਇੰਸਟਾਗ੍ਰਾਮ ਤੇ ਪੂਰਾ ਫੇਮਸ ਹੈ ਮੁੰਡਾ, ਜਿਹਨੇ ਬੋਲ ਫੜੀ ਆ। ਹੁਣੇ ਮੰਥਨ ਬਹੁਤ ਵੀਡੀਓ ਪਾਉਂਦਾ ਹੁੰਦਾ ਇੰਸਟਾਗ੍ਰਾਮ ਤੇ। ਆ ਜਾਓ ਜੀ ਆ ਜਾਓ, ਪਿੰਟੂ ਖਾਲਸਾ ਜੀ ਕੀ ਹਾਲ ਆ ਬਾਈ, ਡੀ ਜੀ ਆਇਆ ਬਾਈ, ਥੈਂਕ ਯੂ ਬਾਈ, ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ, 415 ਬੰਦੇ ਹੋ ਗਏ। ਅਗਲੀ ਬਾਲ ਸੰਦੀਪ ਆ ਗਿਆ ਸਟ੍ਰਾਈਕ ਤੇ, ਜਿਹਦੇ ਚਰਚੇ ਨੇ ਆਮ, ਜਿਹਨੂੰ ਜਾਣਦਾ ਕੁੱਲ ਜਹਾਨ, ਸੰਦੀਪ ਗੰਗਾ ਨਗਰ ਵਾਲਾ ਵੱਜਣ ਲੱਗ ਗਿਆ ਅੱਜ ਕੱਲ੍ਹ। ਤਾਰੀ ਹਜੇ ਆਇਆ ਨੀ ਬਾਈ ਬੈਟਿੰਗ ਤੇ, ਤੇਰੇ ਵਰਗਾ ਹੈ ਉਹੀ ਰੀਸ ਦਾ ਮਨ। ਹਾਂਜੀ ਹਾਂਜੀ ਕੀ ਹਾਲ ਹੈ ਬਾਈ, ਵਾਹ ਮੈਨੂੰ ਤਾਂ ਲੈਟ ਜਾੜੀ ਬਈ, ਤਾਂ ਕਰਕੇ ਕਮੈਂਟਰੀ ਬੰਦ ਹੋ ਗਈ ਯਾਰ। ਹਾਂਜੀ ਹਾਂਜੀ ਹਾਂ, ਸਾਰਿਆਂ ਨੇ ਵੇਖੀ ਆ ਵੀਡੀਓ ਮੈਨੂੰ ਲੱਗਦਾ ਹਨਾ। ਹਾਂਜੀ ਹਾਂਜੀ ਬੁਲਟ ਵਾਲਾ ਰਾਮ ਗੜੀ ਆ, ਹਾਂਜੀ ਵੀਰੇ ਤਾਰੀ ਆਊਗਾ ਬਾਈ ਹਜੇ, ਕੀ ਕਹਿ ਸਕਦੇ ਆ ਬਾਈ ਯਾਰ, ਅੱਜ ਕੱਲ੍ਹ ਤਾਂ ਪਤਾ ਹੀ ਨੀ ਗਾ। ਯੁਵਰਾਜ ਯੂਵੀ ਥੈਂਕ ਯੂ ਜੀ, ਬਹੁਤ ਟਾਈਮ ਬਾਅਦ ਆਏ ਯਾਰ ਜੀ, ਕਰੀ ਜਾਂਦਾ ਵਾਹਵਾ ਬੋਲੀ ਚੱਲਾਂ। ਵਾਈਟ ਬੋਲ ਸੰਦੀਪ ਗੰਗਾਨਗਰ ਦਾ ਬਾਈ। ਅਗਲਾ ਮੈਚ ਕੁੰਡਲ ਤੇ ਨਾਲ ਕੋਣੀ, ਕਮੈਂਟ ਕਰ ਦੋ ਯਾਰ। ਹਾਂਜੀ ਹਾਂਜੀ ਠੀਕ ਹੈ ਠੀਕ ਹੈ। ਅਗਲੀ ਵਾਰ ਫਿਰ ਸੰਦੀਪ ਤੇ ਅਰਸ਼, ਸਿਰੇ ਦੀ ਬਾਲ ਸਿੰਗਲ ਡਬਲ, ਗੇਮ ਚੱਲ ਰਹੀ ਹੈ ਪੂਰੀ ਠੀਕ ਹੈ ਜੀ ਠੀਕ ਹੈ। ਸੋਹਣਾ ਹਾਰ ਗਿਆ ਬਾਈ, ਕੋਈ ਕਿਉਂ ਨੀ ਕੀ ਜੈਦੀਪ ਬਿਸ਼ਨੋਈ ਕੀ ਬਾਈ ਸਮਝ ਨੀ ਆਈ ਯਾਰ। ਹਾਂਜੀ ਹਾਂਜੀ ਗੰਗਾਨਗਰ ਦਾ ਸੰਦੀਪ, ਸ਼ਾਟ ਯਾਰ ਬਾਈ ਫੰਟਾਸਟਿਕ ਸ਼ਾਟ, 6 ਰਨ, ਬਹੁਤ ਸੋਹਣਾ ਸ਼ਾਟ ਮਾਰਿਆ ਇੰਦਰ ਨੇ। ਸ਼ਾਟ ਦੱਸੋ ਕਿਵੇਂ ਲੱਗਿਆ ਬਾਈ, ਮੈਚ ਦਾ ਇੰਜੋਏ ਕਰੋ ਪੂਰਾ, ਸਿਰਾ ਲੱਗੂ ਮੈਚ। 26 ਰਨ ਹੋ ਗਏ, ਲਾਸਟ ਬਾਲ ਆ ਗਈ ਅਰਸ਼ ਦੀ, ਕਰ ਦੋ ਸ਼ੇਰ ਇੱਕ ਇੱਕ ਵਾਰੀ ਹੋਰ, 500 ਬੰਦਾ ਹੋ ਗਿਆ। ਅਗਲੀ ਵਾਰ ਫਿਰ ਸਿਰੇ ਦੀ ਬਾਲ ਤੇ ਵੇਖੀ 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 ਬਾਈ, ਓਏ ਵਾਹ 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 ਵਾਹ, ਬਚ ਗਿਆ ਸੰਦੀਪ,
ਬਹੁਤ ਬਹੁਤ ਧੰਨਵਾਦ ਕਮਲ ਘਾਰੂ ਭਰਾ ਸਾਡਾ ਲਾਈਵ ਨਾਲ ਜੁੜਿਆ। ਲੈਗ ਪਾਇਆ ਨਾ ਬਾਈ, ਬੈਟ ਲੱਗਿਆ 27 ਹੋ ਗਿਆ ਬਾਈ, ਦੋ ਓਵਰ 27 ਰਨ। ਵਧੀਆ ਵਧੀਆ ਸ਼ਿੰਦਰ ਬਾਈ ਕਿਵੇਂ ਹੋ? ਵਧੀਆ ਜੀ ਵਧੀਆ। ਸੌਰਵ ਜੀ ਤੁਸੀਂ ਦੱਸੋ, ਠੀਕ ਹੈ ਯਾਰ? ਜਸ਼ਨ ਗਿੱਦੜ ਵਜੇ ਦਾ ਅਗਲਾ ਮੈਚ ਹੈ ਬਾਈ, ਵਧੀਆ ਵਧੀਆ ਬਾਈ। 2 ਓਵਰ 27 ਰਨ ਹੋ ਗਿਆ, ਅਗਲਾ ਓਵਰ ਲੈ ਕੇ ਆ ਗਿਆ ਮੰਥਨ, ਤੇ ਸਟ੍ਰਾਈਕ ਤੇ ਆ ਇੰਦਰ ਗੰਗਾਨਗਰ ਵਾਲਾ। ਵਧੀਆ ਤੇਜਪਾਲ ਵੀਰੇ ਤੁਸੀਂ ਦੱਸੋ, ਰੋਟੀ ਖਾਂਦੇ ਹਾਂ ਬਾਈ? ਮੈਂ ਹੁਣੇ ਆਇਆ ਯਾਰ, ਸਮਾਨ ਲੈ ਕੇ ਆਉਣਾ ਸੀਗਾ, ਬੋਲਾਂ ਵਗੈਰਾ ਸੀਗੀਆਂ। ਹਾਂਜੀ ਹਾਂਜੀ ਖਾਂਦੇ ਹਾਂ ਬਸ ਜਾ ਕੇ, ਰੱਜਤ ਗਿਆ ਸੁਬਾਹ ਦਾ ਬੈਠਾ ਸੀ ਯਾਰ, ਹਨਾ ਮੈਂ ਚਲੋ ਲੰਗਰ ਪਹਿਲਾਂ ਛਕੇ ਆਊਗਾ ਜਾ ਕੇ। ਬਾਈ ਨੇ ਤਾਂ ਮਤਲਬ ਕਾਪੀ ਪੇਸਟ ਹੀ ਕਰ ਰੱਖੇ ਕਮੈਂਟ ਸਾਰੇ। ਅਗਲਾ ਮੈਚ ਹੈ ਵੀਰੇ, ਅਗਲਾ ਮੈਚ। ਹੈਲੋ ਬਾਈ, ਮੇਰਾ ਨੰਬਰ ਮਿਲਾ ਦਿਓ, ਮਤਲਬ ਨੰਬਰ ਮਿਲਾ ਦਿਓ ਮਤਲਬ ਬਾਈ। ਵਾਈਡ ਬਾਲ ਯਾਰ, ਟਰੱਕ ਤੇ ਅਗਲੀ ਵਾਰ ਫੇਰ ਮੰਥਨ ਤੇ ਸੰਦੀਪ ਸ਼ੋਟ ਯਾਰ ਬਾਈ, ਓ ਵਾਹ 4 ਰਨ। ਸ਼ਾਮ ਨੂੰ ਕੱਢਾਂਗੇ ਬਾਈ, ਸ਼ਾਮ ਨੂੰ, ਕਿਉਂਕਿ ਫਿਰ ਮੈਂ ਇੱਧਰ ਟੂਰਨਾਮੈਂਟ ਤੇ ਆ ਗਿਆ ਸੀਗਾ, ਸਮਾਨ ਦੇਣਾ ਸੀ ਬਾਈ ਯਾਰ, ਤਾਂ ਕਰਕੇ ਇੱਥੇ ਜਾ ਕੇ ਤੇ ਡਰਾ ਕੱਢ ਦਾਂਗੇ ਆਪਾਂ ਜਾਂਦੇ ਸਾਰ। ਅਗਲੇ ਮੈਚ ਵੀ ਪਟਾਕੇ ਪੂਰੇ ਪੈਣਗੇ, ਸਾਰਿਆਂ ਨੂੰ ਵੇਟ ਆ ਅਗਲੇ ਮੈਚ ਦੀ, ਕੁੰਡਲ ਤੇ ਕੋਣੀ। ਅੱਛਾ ਅੱਛਾ, ਨਾਮ ਲੈਣਾ। ਗੁਰਵਿੰਦਰ ਭਰਾ ਸਾਡਾ ਲਾਈਵ ਨਾਲ ਜੁੜਿਆ, ਬਹੁਤ ਬਹੁਤ ਧੰਨਵਾਦ। ਅਗਲੀ ਬਾਲ ਫੇਰ ਤੀਸਰੀ ਬਾਲ ਸ਼ੋਟ ਨੀਚੇ ਫੀਲਡਰ ਤੇ ਇੱਥੇ ਓ ਵਾਹ, ਤਲਵਿੰਦਰ ਦਾ ਬਾਈ ਕੈਨੇਡਾ ਹੈ ਬਾਈ ਦਾ, ਬਾਈ ਦਾ ਕੀ ਨਾਮ ਸੀਗਾ, ਆ ਬਾਈ ਦਾ ਕੀ ਨਾਮ ਸੀਗਾ, ਸੁੱਖਾ, ਹਾਂ ਸੁੱਖਾ। ਸ਼ੋਟ ਯਾਰ ਬਾਈ, ਆ ਸ਼ੋਟ ਦੱਸੋ ਕਿਵੇਂ ਲੱਗਿਆ ਯਾਰ ਸੁੱਖੇ ਦਾ, ਆਂਦਿਆ ਸਰ ਪਹਿਲੀ ਤੇ ਛੱਕਾ। ਸੁੱਖੀ ਸੁੱਖੀ, ਹਾਂ ਸੁੱਖੀ।
ਪਹਿਲੀ ਦਾ ਛੱਕਾ ਓ ਵਾਹ ਯਾਰ ਆ ਸੁੱਖੀ ਹੈ ਹਾਂ ਇਹ ਕਦੇ ਕਦੇ ਆਉਂਦਾ ਤਾਂ ਸਿਰਾ ਕਰਾਉਂਦਾ ਸਪੈਸ਼ਲ ਬੁਲਾਉਂਦੇ ਸੁੱਖੀ ਨੂੰ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਬਲਕਾਰ ਸਿੰਘ ਵੀਰੇ ਲਾਈਵ ਨਾਲ ਜੁੜਿਆ ਭਰਾ ਸਾਡਾ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਅਗਲੀ ਵਾਰ ਫੇਰ ਓ ਬਾਲ ਹਵਾ ਚ ਥੱਲੇ ਅਰਸ਼ ਵਾਹ ਓਵਰ 46 ਹੋ ਗਏ ਬਾਈ 3 ਓਵਰ 46 ਸੁੱਖੀ ਨੇ ਆਉਂਦਿਆ ਸਰ ਸਿਰਾ ਲਾਤਾ 3 ਓਵਰ ਹੋ ਗਏ 46 ਤੇ 4 ਓਵਰ ਰਹਿ ਗਏ ਅਗਲਾ ਓਵਰ ਲੈ ਕੇ ਕੌਣ ਆਊਗਾ ਅਰਪਣ ਨਾਮ ਹੀ ਮਿਲਦਾ ਯਾਰ 46 ਹੋ ਗਏ 46 ਬਰੋ ਅਗਲਾ ਮੈਚ ਹੈ ਵੀਰੇ ਅਗਲਾ ਮੈਚ ਸਵਾਲ ਲੈ ਰਿਹਾ ਪ੍ਰਿੰਸ ਬਹੁਤ ਜ਼ਿਆਦਾ ਸਵਾਲ ਲੈਂਦਾ ਯਾਰ ਹਰ ਥਾਂ ਦੇ ਪ੍ਰਿੰਸ ਸਿੰਘ ਗੁਰੂ ਸਰ ਹਰ ਥਾਂ ਦੇ ਹੋਈ ਪਈ ਹੈ ਜਮਾਂ ਸਭ ਤੋਂ ਪਹਿਲਾਂ ਕਮੈਂਟ ਹੁੰਦਾ ਬਾਈ ਦਾ ਪਹਿਲੀ ਵਾਲ ਅਰਪਣ ਮੰਥਨ ਨੇ ਛੱਡਤੀ ਬਾਲ ਤੇ ਦੋ ਰਨ ਹਾਂਜੀ ਹਾਂਜੀ ਵੀਰਪਾਲ ਸਿੰਘ ਜੀ ਹਾਂਜੀ ਤਾਰੀ ਆਇਆ ਬਾਈ ਡੀਜੇ ਵੀ ਆਇਆ ਕੁੰਡਲ ਤੇ ਕੋਣੀ ਦਾ ਮੈਚ ਆ ਬਾਈ ਜੀ ਅਗਲਾ ਪਵਨ ਜਾਖੜ ਬਾਈ ਨੈੱਟ ਖਤਮ ਹੋ ਗਿਆ ਯਾਰ ਨੈੱਟ ਮਹਿੰਗਾ ਹੀ ਬਹੁਤ ਹੋਇਆ ਬਾਈ ਓ ਵਾਹ ਯਾਰ ਸੁੱਖੀ ਆ ਕੱਢਦਾ ਤੁੱਕੀ ਸੁੱਖੀ ਬਾਈ ਛੋੜ ਦੱਸੋ ਸੁੱਖੀ ਦੇ ਕਿਵੇਂ ਲੱਗੇ ਯਾਰ ਗੰਗਾਨਗਰ ਚ ਲੱਡੂ ਆਏ ਲੱਡੂ ਤਾਂ ਮੇਰਾ ਕੋਈ ਹੈ ਹੀ ਨੀ ਬਾਈ ਇਹਨਾਂ ਚ ਤਾਰੀ ਨੇ ਆਉਣਾ ਬਾਈ ਹਜੇ ਤੱਕ ਓ ਵਾਹ ਓ ਬਾਈ ਆ ਕੱਢੀ ਆਉਂਦਾ ਤੁੱਕੀ ਸਿਰਾ ਯਾਰ ਬਾਈ ਦੋ ਛੱਕੇ ਮਾਰੇ ਯਾਰ ਸਿਰੇ ਦੇ ਕਾਲਾ ਭਾਈ ਰੂਪਾ ਹਾਰ ਗਿਆ ਬਾਈ ਕਾਲਾ ਹਾਰ ਗਿਆ ਬਾਈ ਅਜੇ ਤਾਰੀ ਨੇ ਵੀ ਆਉਣਾ ਅਗਲੀ ਵਾਲ ਫੇਰ ਕਮੈਂਟਰੀ ਚੱਲ ਪਈ ਬਾਈ ਹੁਣ ਤੁਸੀਂ ਕਮੈਂਟਰੀ ਸੁਣੋ ਮੈਂ ਹੁਣ ਚੁੱਪ ਕਰਕੇ ਬਹਿਣਾ ਕਿਉਂਕਿ ਫਿਰ ਕਮੈਂਟਰੀ ਤੁਹਾਨੂੰ ਸੁਣਨੀ ਨੀ ਤਾਂ ਕਰਕੇ ਹੈਲੋ
ਕਦੇ ਇੰਦਰ ਵਰਗੇ ਵੀ ਚਰਚੇ ਹੋਏ, ਤਾਰੀ ਵਰਗੇ, ਹੜੀ ਵਰਗੇ ਔਰ ਸੁੱਖੇ ਵਰਗੇ ਮੁੰਡੇ ਕਹਿੰਦੇ ਵੱਡੀ ਕਦੇ ਟੀਮ ਤਿਆਰ ਕਰਕੇ ਲੈ ਕੇ ਆਏ, ਕਦੇ ਸੁਨੀਲ ਵਰਗੇ ਮੁੰਡੇ, ਕਦੇ ਸੰਦੀਪ ਵਰਗੇ ਔਰ ਡੀਜੇ ਕਹਿੰਦੇ ਗੰਗਾ ਨਗਰੀਆ ਪੁੱਜਿਆ ਹੋਇਆ ਹੈ। ਨਾਲ ਕਹਿੰਦੇ ਖਾਤਾ ਦੇ ਮੈਚ ਹੈ, ਪਹਿਲੀ ਬਾਲ ਅਗਲੇ ਪਾਸੇ, ਇੰਦਰ ਕਹਿੰਦੇ ਟਰਾਈ ਕਰਦਾ, ਚਾਂਸ ਬਣ ਗਿਆ ਹੈ ਤੇ ਇੱਕ ਵਿਕਟ ਦਾ ਜਿਹੜਾ ਕਹਿੰਦੇ ਹੋਰ ਪਤਨ ਹੋਇਆ ਹੈ। ਆ ਗਿਆ ਜਿੰਦਾ ਇੰਤਜ਼ਾਰ ਸੀ, ਆ ਗਿਆ ਬੈਟਿੰਗ ਤੇ ਲਾਸਟ ਵਾਲਾ ਚੌਥੇ ਓਵਰ ਦੀ ਆ ਗਿਆ ਸਾਹਮਣੇ, ਆ ਗਿਆ ਤਾਰੀ, ਦੋਨੇ ਝੋਟੇ ਘੋਟੀ ਆ ਹੁਣ, ਤਾਰੀ ਤਾਰੀ ਆ ਕੇ ਵਾਜਾ, ਥੈਂਕ ਯੂ ਬਾਈ, ਵੱਡੀ ਟੀਮ ਤਿਆਰ ਹੋ ਬਾਈ, ਕਮੈਂਟਰੀ ਸਹੀ ਸੁਣੀ ਜਾਂਦੀ ਆ ਯਾਰ। ਔਰ ਸਾਹਮਣੇ ਵੱਡਾ ਕਿਹਦੇ ਨਾਮ ਆ, ਠਾਟ ਲਵਾਣੇ ਵਾਲੇ ਮੁੰਡਿਆਂ ਦਾ, ਵੀ ਪੀ ਕੇ ਦੇਖੀ ਪਾਣੀ ਵੱਲੋਂ ਸਾਡੀ ਖੂਹ ਵਾਲੀ ਟਿੰਡ ਦਾ ਵੱਖਰਾ ਨਜ਼ਾਰਾ, ਸ਼ਹਿਰ ਨਾਲੋਂ ਪਿੰਡ ਦਾ, ਇੱਕ ਪਾਸੇ ਸ਼ਹਿਰ ਦੀ ਟੀਮ ਹੈ, ਇੱਕ ਪਾਸੇ ਪਿੰਡ ਦੀ ਟੀਮ ਹੈ, ਚੌਥੇ ਓਵਰ ਦੀ ਲਾਸਟ ਬਾਲ ਹੈ, ਵੱਡੇ ਟਾਰਗੇਟ ਵੱਲ ਕਦਮ ਜਿਹੜੇ ਕਹਿੰਦੇ ਪੁੱਟਣੇ ਸ਼ੁਰੂ ਕੀਤੇ ਮੁੰਡੇ ਕਹਿੰਦੇ ਗੰਗਾ ਨਗਰੀਆਂ ਨੇ, ਇੱਕ ਸਿੰਗਲ ਦੇ ਨਾਲ ਜਿਹੜਾ ਕਹਿੰਦੇ ਸਟ੍ਰਾਈਕ ਤਾਰੀ ਮੁੰਡਾ ਕਹਿੰਦੇ ਕਰੇਗਾ ਅਗਲੇ ਓਵਰ ਦੀਆਂ ਬਾਲਾਂ ਦਾ ਹੈ। ਚਾਰ ਓਵਰ ਸਮਾਪਤ ਨੇ, ਬਾਹਰ ਸਕੋਰ ਜਿਹੜੇ ਕਹਿੰਦੇ ਬਣ ਗਿਆ ਹੈ, ਕੁੱਲ ਬਣਾ ਕੇ ਸੱਤ ਓਵਰ, ਅੰਕੁਰ ਸੱਤ ਹੀ ਹੈ ਨਾ। ਬਹੁਤ ਵੱਡਾ ਧੰਨਵਾਦ ਰਾਜਪੁਰੀ ਵਾਲਾ ਵੀਰ ਸਾਡਾ ਅੰਕੁਸ਼ ਜਿਹੜਾ ਸ਼ਿੰਦਰ ਬਾਈ ਤੁਹਾਨੂੰ ਪਤਾ ਹੈ, ਜਾਣ ਕੇ ਤੁਸੀਂ ਸਵਾਦ ਲੈ ਰਹੇ ਹੋ ਪੂਰਾ ਬਾਈ ਯਾਰ, ਮੈਂ ਤਾਂ ਚੁੱਪ ਹੀ ਆ ਬਾਈ, ਮੈਂ ਤਾਂ ਹੀ ਪੁੱਛਿਆ ਸੀ ਨਾ, ਮੈਂ ਕਿਹਾ ਜੇ ਤੁਸੀਂ ਕਮੈਂਟਰੀ ਸੁਣਨੀ ਆ ਤਾਂ ਆਪਾਂ ਫਿਰ ਕਮੈਂਟਰੀ ਵੀ ਸੁਣੀ ਜਾਊਗੀ ਤੁਹਾਨੂੰ, ਮੇਰੀ ਆਵਾਜ਼ ਵੀ ਤੁਹਾਨੂੰ ਸੁਣਨ ਨੂੰ ਮਿਲੂਗੀ। ਇੱਕ ਤਰੀਕ ਨੂੰ ਬਾਈ, ਇੱਕ ਤਰੀਕ ਨੂੰ ਸ਼ੁਰੂਆਤ ਹੋਵੇਗੀ, 1 ਅਗਸਤ ਨੂੰ ਲਾਵਾਂਗੇ। ਰਹਿਣ ਦੇ ਧਰਤੀ ਦਾ ਅਰਸ਼ ਸਿੰਘ ਸਰਦਾਰ ਬਾਲ ਪਾਉਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹੈ, ਵੀ ਹੌਸਲੇ ਨਾਲ ਜਿੱਤੀਏ ਮੈਦਾਨ ਸੋਹਣਿਆ, ਆਖੇ ਗੋਨੇ ਆਣੇ ਵਾਲਾ ਮਾਨ ਸੋਹਣਿਆ। ਨਹੀਂ ਨਹੀਂ ਬਾਈ ਯਾਰ, ਵੱਖਰੀ ਪਛਾਣ ਖਾਲਸੇ ਦਲੇਰ ਦੀ, ਜੰਗਲਾਂ ਦੇ ਪੈਂਦੇ ਆ ਕਰੋੜ ਸਿੱਖ ਨੇ, ਤੇ ਵਿੱਕੀ ਬਾਈ ਵੀ ਜੁੜ ਗਿਆ ਲਾਈਵ ਨਾਲ, ਗੁੰਡਾ ਸਿੰਘ ਸਰਦਾਰ ਬਾਲਾ ਪਾਉਣਾ। ਹਾਂਜੀ ਹਾਂਜੀ, 1-0 ਵਾਲੇ ਨੂੰ ਬਾਲਾ ਨਿਹਾਰਾ ਚਾਹੀਦਾ। 4 ਓਵਰ ਤੇ ਵਧੀਆ ਵਧੀਆ, ਤੁਸੀਂ ਦੱਸੋ ਬਾਈ, ਤ੍ਰੇਸ ਬਣ ਗਿਆ ਹੈ ਰੈਣਾ ਬਾਈ ਸਾਡਾ, ਜਿੱਥੇ ਵੀ ਬਾਸ ਹੁੰਦਾ ਹੈ ਤੇ ਜ਼ਰੂਰ ਆਵੇ ਮੇਨ ਸਟੇਜ ਤੇ ਸੰਮੇ ਵਾਲੀਆਂ, ਰੈਣਾ ਸਾਡੀ ਬਾਸ ਹੁੰਦਾ ਹੈ, ਰਾਜਦੀਪ ਤੇ ਰੈਣਾ ਯਾਦ ਕਰਦੇ ਆ ਬਾਈ ਤੁਹਾਨੂੰ। ਪਰ ਸਾਹਮਣੇ ਵੇਖਾਂਗੇ ਮੁੰਡਾ ਸੁੱਖਾ, ਪਹਿਲੀ ਬਾਲ ਦਾ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ, ਇੱਕ ਸੁੱਖੀ ਕਹਿੰਦੇ ਧੌਲੇ ਦਾ ਖੇਡ ਕੇ ਗਿਆ, ਕਹਿੰਦੇ ਜਿਹੜੇ ਕਹਿੰਦੇ ਬਰਨਾਲੇ ਦਾ ਹੈ। ਉਹ ਛੱਡਤਾ ਸੀ ਚਾਂਸ, ਪਰ ਛੱਡ ਦਿੱਤਾ ਕੈਚ, 1-2 ਦੇ ਜਿਹੜੇ ਕਹਿੰਦੇ ਵਾਧੇ ਆਏ, ਦੋ ਸਕੋਰਾਂ ਦੇ ਵਾਧੇ, ਮੁੰਡਾ ਕਹਿੰਦੇ ਗੋਲਾਂ ਨਗਰੀਆਂ ਕਰ ਗਿਆ, ਕੈਚ ਤੇ ਕਰਨੇ ਪੈਣੇ ਆ ਖਾਤਾ ਵਾਲਿਆ, ਗੱਲ ਤੇ ਫਿਰ ਵੈਲੀ ਆ ਛੱਡੇ ਫਿਰ ਕੈਚ, ਮੈਚ ਦਾ ਪਾਸਾ ਪਲਟ ਰਿਹਾ ਹੈ, ਕੈਚ ਜਿਹੜਾ ਕਹਿੰਦੇ ਛੱਡ ਦਿੱਤਾ ਮੁੰਡਿਆਂ ਨੇ, ਦੋ ਸਕੋਰਾਂ ਦੇ ਜਿਹੜੇ ਕਹਿੰਦੇ ਵਾਧੇ ਹੋਏ ਉਹਦੇ ਪਾਸੇ, ਵੀ ਹੱਥ ਘੁੱਟ ਕੇ ਫੜ ਲਾਵੇ, ਹਾਲੇ ਸਾਡੀ ਉਮਰ ਨੇ ਆਉਣੀ,
ਮੈਂ ਸੁਣਿਆ ਮੇਲੇ ਚ ਵਿਛੜੇ ਕਈ ਰੂਹਾਂ ਦੇ ਹਾਣੀ, ਇਹ ਦਰਦ ਵਿਛੋੜੇ ਦੇ ਸੱਥ ਹੋਰ ਨੀ ਜਾਂਦੇ ਝੱਲੇ ਤੇ ਇੱਥੋਂ ਵਿਛੜਿਆ ਦੇ ਹੁੰਦੇ ਰੱਬ ਸੰਬੰਧੀ ਮੇਲੇ ਪੈਂਦੀ ਬਾਲ ਹੁੰਦਾ ਕਦੇ ਸੁੱਖਾ ਕਦੇ ਟਰਾਈ ਕਰਦਾ ਹੈ ਪਰ ਸਾਹਮਣੇ ਇੱਕ ਸਿੰਗਲ ਨੇ ਜਿਹੜੇ ਕਹਿੰਦੇ ਵਾਧਿਆ ਹੈ ਅੰਕਸ਼ ਵੀਰ ਪੁੱਜਿਆ ਹੋਇਆ ਹੈ। ਜੇਕਰ ਕਿਸੇ ਵੀਰ ਨੂੰ ਐਚ ਡੀ ਦੇ ਬੈਟਾਂ ਦੀ ਲੋੜ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦਾ ਵੀਰ ਸਾਡਾ ਐਚ ਡੀ ਦੇ ਬੱਲੇ ਲੈ ਕੇ ਆਇਆ ਹੈ, ਬੜੇ ਸੋਹਣੇ ਬੱਲੇ ਹੈ। ਜੇਕਰ ਕਿਸੇ ਨੂੰ ਚਾਹੀਦੇ ਹੋਣ ਤੇ ਵੀਰ ਦੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਅੰਕਸ਼, ਜ਼ਿੰਦਗੀ ਦਾ ਮਾਣ ਸਾਡਾ ਹੈ। ਤਾਰੀਖ ਦੇ ਗੰਗਾ ਨਗਰੀ ਆ ਬਾਲ ਦਾ ਸਾਹਮਣਾ ਕਰਨ ਵਾਸਤੇ ਆ ਗਿਆ ਵੀ ਗੰਗਾ ਨਗਰ ਵਾਲਿਆ ਦੁਨੀਆ ਤਿਆਰ ਕਰਦੀ ਸੀ ਜਦੋਂ ਤਾਰੀ ਆਇਆ ਤੇ ਬੱਲੇਬਾਜ਼ੀ ਵੇਖਣ ਵਾਲੀ ਹੋਵੇਗੀ। ਪਹਿਲੀ ਬਾਲ ਉਹਦੇ ਨੇ ਪਾਸੇ ਪਰ ਸਾਹਮਣੇ ਦੁਨੀਆ ਰਸ਼ੀਅਨ ਟੈਂਕ ਆਖਰੀ ਜਿਹੜਾ ਕਦੇ ਬਾਲਾ ਪਾ ਰਿਹਾ ਨੌਜਵਾਨ ਬਾਅਦ ਚੁਣ ਟਿਕਾਣੇ ਦੇ ਭਾਈ ਇੱਕ ਸੋਹਣਾ ਦੂਜਾ ਜਿਹੜੇ ਕਹਿੰਦੇ ਵਾਧੇ ਹੋਏ ਆਹ ਓਵਰ ਚ ਜਿਹੜੀ ਕਹਿੰਦੇ ਵਾਪਸੀ ਕਰਾਈ ਹੈ ਲਵੀ ਔਖਾ ਵਾਲਾ ਦੱਸੀ ਬੜਾ ਜਾ ਵੀ ਚਾਰ ਹੋਈਆਂ ਨੇ ਦੋ ਬਾਲਾ ਬਾਕੀ ਨੇ ਪੰਜਵੇਂ ਓਵਰ ਦੀ ਖੇਡ ਮੈਦਾਨ ਅੰਦਰ ਦੀ ਜਿਹੜੀ ਕਹਿੰਦੇ ਖੇਡੀ ਜਾ ਰਹੀ ਹੈ ਵੀ ਫੋੜ ਮਾਰਾ ਨਿਆਣੇ ਨੂੰ ਟਿੱਚਰ ਵਾਲੀ ਸਿਆਣੇ ਨੂੰ ਕਣ ਪਿਆ ਕਾਣੇ ਨੂੰ ਬੜਾ ਤੰਗ ਕਰਦਾ ਪੀੜ ਖੱਬੇ ਪਾਸੇ ਆਏ ਦਾਬ ਚ ਪਤਾਸੇ ਮਾਰੇ ਚਾਣ ਚੱਕਾ ਵਾਲਾ ਖੰਗ ਨੂੰ ਠੋਕਰ ਮਾਰੀ ਵਾਂਗ ਨੂੰ ਤੇ ਚੋਕਰੇ ਕੇ ਨੰਗ ਨੂੰ ਨੀ ਸਿਰ ਤੇ ਚੜਾਈ ਦਾ ਮਾਰੀ ਜੀ ਬੋਲ ਯਾਰ ਅਰਸ਼ ਬਾਪ ਨੂੰ ਗੱਲ ਕਦੇ ਨੀ ਉਹ ਕੰਮ ਬਣੇ ਆਈਦਾ ਵਿਆਹ ਸਿੰਨੇ ਮੇਲ ਬਿਨਾ ਯਾਰ ਪਾਣੀ ਪਹੁੰਚਦਾ ਕਰ ਦੋ ਯਾਰ ਇੱਕ ਮਿੰਟ ਆਵਰ ਪਾਉਣਾ ਯਾਰ ਕੋਈ ਚੱਕਰ ਨੀ ਆਵਰ ਜਿਹੜੀ ਇੱਕ ਵਾਰ ਆਈ ਨਾ ਉਹ ਪਾ ਦੇ ਰਹਿਣ ਵਾਲਿਆ ਬਾਅਦ ਚ ਪਾਣੀ ਪੀ ਕੇ ਲੱਗੇ ਕੋਈ ਚੱਕਰ ਨੀ ਲਾਸਟ ਵਾਲਾ ਪੰਜਵੇਂ ਓਵਰ ਦੀ ਆਵਰ ਚੋਟੀ ਦਾ ਪਾ ਗਿਆ ਮੁੰਡਾ ਜਿਹੜਾ ਟੋਪ ਦਾ ਓਵਰ ਕਹਿੰਦੇ ਪਾ ਰਿਹਾ ਹੈ ਲਾਸਟ ਵਾਲਾ ਪੰਜ ਹੋ ਗਈਆਂ ਨੇ ਆਹ ਬਾਲ ਤੋਂ ਬਾਅਦ ਇੱਕ ਡਿੰਕ ਬੇਗ ਹੋਵੇਗੀ ਹਾਂਜੀ ਹਾਂਜੀ ਕੋਈ ਗੱਲ ਨੀ ਖਾਤਾ ਵਾਲਿਆ ਲਓ ਜੀ ਸਾਹਮਣੇ ਹੋਰ ਸਫਲਤਾ ਹਿੱਸੇ ਪੰਜ ਓਵਰ ਸਮਾਪਤ ਸਟਾਰਟ ਬਣੇ ਆ ਇੱਕ ਮਿੰਟ ਦੋ ਮਿੰਟ ਦਾ ਸਮਾਂ ਲਓ ਪਾਣੀ ਆ ਰਿਹਾ ਪਾਣੀ ਪੀ ਕੇ ਖੇਡੋ ਕੋਈ ਚੱਕਰ ਨੀ ਗਰਮੀ ਬਹੁਤ ਹੈ ਪਹਿਲਾਂ ਸੈਮੀ ਫਾਈਨਲ ਮੈਚ ਹੈ ਇਸ ਤੋਂ ਬਾਅਦ ਦੂਜਾ ਸੈਮੀ ਤੇ ਫਾਈਨਲ ਕੁੱਲ ਬਣਾ ਕੇ 2.5 ਕੁ ਮੈਚ ਆ ਗਿਆ ਹਣੀ ਲੱਭੂ ਬਈ ਮਿੰਨੀ ਬਾਈ ਬੱਲੀ ਬਈ ਪਾਣੀ ਪਲੇਰਾਂ ਮੈਂ ਜ਼ਰੂਰ ਪਹੁੰਚਦਾ ਕਰਦਾ ਬਾਕੀ ਕੋਈ ਚੱਕਰ ਨਹੀਂ ਥੋੜਾ ਲੇਟ ਵੀ ਆ ਜੇ ਤਾਂ
ਵੱਡੇ ਬਾਈ ਉਧਰ ਲਾਇਆ ਫਿਰ ਆ ਜੀ ਗੇੜਾ ਦੇ ਕੇ ਕੋਈ ਚੱਕਰ ਨਹੀਂ ਜਾ ਯਾਰ ਮਰਨ ਵਾਲੇ ਹੋਏ ਭਾਈ ਗਰਮੀ ਬੜੀ ਆ ਆਪਾਂ ਤੇ ਬੈਠੇ ਆ ਭਾਈ ਲਿਆਓ ਯਾਰ ਪਾਣੀ ਸਹੀ ਗੱਲ ਆ ਯਾਰ ਸਪੈਸ਼ਲ ਆਇਆ ਲਿਆਓ ਯਾਰ ਪਾਣੀ ਬਾਈ ਬਣੇ ਯਾਰ ਬਹੁਤ ਗਰਮੀ ਹੈ ਲੈ ਵੀ ਕੋਨੀ ਦਾ ਟਾਸ ਕਰੋ ਯਾਰ ਕੁੰਡਲਾ ਆ ਗਈ ਹੈ ਅਗਲੀ ਮੈਚ ਦੀ ਟਾਸ ਕਰ ਲੋ ਬਾਈ ਬਣ ਕੇ ਕੋਨੀ ਦਾ ਲੈ ਵੀ ਗਿੱਲ ਜਾਂ ਲੱਭੋ ਤੁਸੀਂ ਆ ਕੇ ਕਰੋ ਯਾਰ ਟਾਸ ਬੰਦੇ ਘੱਟ ਗਏ ਯਾਰ ਦਸ ਦੋ ਮਿੰਟਾਂ ਜੀ
ਫੋਨ ਓਵਰ ਹੀਟ ਹੋ ਗਿਆ ਮੇਰਾ ਵੀ। ਮੈਂ ਵੀ ਫੋਨ ਯਾਰ ਠੰਡਾ ਕਰ ਲਾ ਮਾੜਾ ਜਿਹਾ, ਮਾਹੌਲ ਗਰਮ ਹੈ, ਮੋਬਾਈਲ ਵੀ ਗਰਮ ਹੋ ਗਿਆ। ਬੋਤਲ ਭਰ ਲੋ ਯਾਰ, ਬੋਤਲ ਭਰ ਲੋ, ਪੰਜ ਓਵਰ ਸਮਾਪਤ ਹੈ। ਗੰਗਾ ਨਗਰੀਆ ਤਾਰੀ ਖੇਡਾ ਇੱਕ ਪਾਸੇ ਮੁੰਡਾ ਕਹਿੰਦੇ ਹਣੀ ਜਿਹੜਾ ਕਹਿੰਦੇ ਆ ਗਿਆ ਬੱਲੇਬਾਜ਼ੀ ਕਰ। ਹਾਂਜੀ ਹਾਂਜੀ ਬਿਲਕੁਲ ਵੀਰੇ, ਦੇਖੋ ਤੁਸੀਂ ਜਿਹੜੀਆਂ ਕਹਿੰਦੇ ਬਾਕੀ ਨੇ, ਇੰਨੀ ਗਰਮੀ ਚ ਦਰਸ਼ਕ ਦੇਖੋ ਕਿਵੇਂ ਬੈਠੇ ਆ, ਮੈਚ ਦਾ ਆਨੰਦ ਲੈ ਰਿਹਾ ਪੂਰਾ। ਹਾਂਜੀ ਹਾਂਜੀ ਵਾਹ ਵਾਹ ਵਾਹ, ਨਾਈਟ ਟੂਰਨਾਮੈਂਟ ਕਰਾਓ ਤੁਸੀਂ, ਸਹੀ ਆ ਜਾਵਾਂ ਲਾ ਦਿਓ ਸਿਰਾ ਬਾਈ ਯਾਰ, ਇਕੱਠ ਦੇਖੋ ਕਿੰਨਾ। ਦੇਖੋ ਮੈਚ ਹੋ ਗਿਆ ਸ਼ੁਰੂ, ਜਿਹੜੀ ਬੈਕ ਸਾਈਡ ਆ ਬਾਈ ਯਾਰ, ਜਿਹੜੇ ਬੈਕ ਸਾਈਡ ਖੜੇ ਆ ਬਾਈ ਬਣ ਕੇ ਯਾਰ, ਬਾਹਰ ਆ ਜਾਓ ਤੁਸੀਂ ਗਰਾਊਂਡ ਤੋਂ, ਲੈ ਲੱਗੀ ਯਾਰ ਕੱਢ ਯਾਰ, ਸਾਰਿਆਂ ਨੂੰ ਸਿਰਫ ਇੱਕ ਬੱਲੇਬਾਜ਼ ਹੋਊਗਾ ਉੱਥੇ। ਬਾਈ ਇਹ ਤਾਂ ਪਾਣੀ ਦੀ ਬੋਤਲ ਭਰ ਕੇ ਲੱਗਾ ਯਾਰ, ਫੋਨ ਗਰਮ ਹੋ ਗਿਆ ਯਾਰ। ਜੇਕਰ ਕੋਈ ਉੱਥੇ ਬੱਲੇਬਾਜ਼ ਹੋਇਆ, ਕੋਈ ਬਾਉਂਡਰੀ ਗਾਉਂਡਰੀ ਹੋ ਭਾਵੇਂ ਸਾਹਮਣੇ ਆਵੇ ਬਾਈ, ਪਾਣੀ ਫੜਾਓ ਪਾਣੀ ਯਾਰ, ਲੈ ਲੱਗੂ ਬੱਲੇ ਬਾਈ, ਬਾਈ ਭਰੀ ਪਾਣੀ। ਭਾਈ ਇੱਕ ਮਿੰਟ ਮੋਬਾਈਲ ਥੋੜਾ ਠੰਡਾ ਕਰ ਲਈਏ ਯਾਰ, ਇਹਨੇ ਚ ਪਾ ਦੋ ਮੋਬਾਈਲ ਤੇ ਥੋੜਾ ਥੋੜਾ ਪਾਣੀ। ਬਸ 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 ਦੋ ਮਿੰਟ ਬਾਈ, ਦੋ ਮਿੰਟ ਪਾਣੀ ਫੜਾ ਤਾ ਜਾਓ। ਕਮਾਲ ਯਾਰ, ਕਹਿ ਕੇ ਕਮਲੇ ਹੋਏ ਉਸ ਤੇ ਕਿੱਧਰ ਗਿਆ ਵਾ। ਅੰਗਰੇਜ਼ ਆ ਗਏ ਨਾ ਬੋਲਿੰਗ ਦੇ, ਬੋਲ ਤਾਂ ਨਹੀਂ ਹੋਈ ਹਜੇ, ਇਹ ਕਿਲੋ ਆ ਗਿਆ ਉਧਰਲੇ ਪਾਸੇ, ਸੁੱਖੀ ਲਾਸਟ ਬੋਲ ਦੇ ਆਊਟ ਹੋਇਆ ਸੀ ਨਾ। ਸਟਾਰਟ ਕਿੱਦਾਂ ਕਿਵੇਂ, ਪਿਛਲੇ ਓਵਰ ਚ ਮੈਨੂੰ ਲੱਗਦਾ ਰਾਣਾ ਕਿੰਨੇ ਆਇਆ,
ਇੱਕ ਸੀ ਨਾ ਹੀ ਟੂਰਨਾਮੈਂਟ ਹੋਊਗਾ, ਬਹੁਤ ਵਧੀਆ ਟੂਰਨਾਮੈਂਟ ਹੁੰਦਾ ਇੱਕ ਸੀ ਵੀ ਯਾਰ, ਭਰਾ ਆਪਣੇ ਸਾਰੇ ਬਹੁਤ ਵਧੀਆ ਟੂਰਨਾਮੈਂਟ ਕਰਾਉਂਦੇ ਆ। ਹਾਂਜੀ ਹਾਂਜੀ ਬਾਈ ਸਿਰਾ ਲੱਗੂ ਜਾਵਾਂ ਨਾਈਟ ਟੂਰਨਾਮੈਂਟ ਯਾਰ, ਪਾ ਦਿਓ ਡੇਟਾ ਤੁਸੀਂ ਵੀ। ਕੀ ਗੱਲ ਹੋ ਗਈ ਹੁਣ, ਬਸ ਹੋ ਗਿਆ ਬਾਹਰ ਯਾਰ, ਬਾਈ ਯਾਰ ਕਾਹਦੇ ਵਾਸਤੇ ਯਾਰ, ਚਲੋ ਯਾਰ ਬਾਈ ਮੈਂ ਚਲਾਈਏ ਯਾਰ, ਬਾਈ ਬਣ ਕੇ ਹੋ ਜਾਓ ਯਾਰ, ਵਾਸੀ ਵਾਸੀ ਕਮਾਲ ਆ ਯਾਰ, ਟੀਮਾਂ ਧੁੱਪੇ ਖੜੀਆਂ ਯਾਰ। ਬਾਈ ਸਾਇਲੈਂਟ ਕਰੋ ਫੋਨ। ਹਾਂਜੀ ਹਾਂਜੀ ਮਲੋਟ ਮਿਲਾਂਗੇ ਇੱਕ ਤੋਂ ਤਿੰਨ ਤਰੀਕ ਤੱਕ, ਇੱਕ ਦੋ ਤਿੰਨ, ਦੋ ਪੂਲ, ਤਿੰਨ ਤਰੀਕ ਨੂੰ ਲਾਸਟ ਹੋਊਗਾ। ਦੋ ਬੰਦੇ ਬਾਹਰੋਂ ਹੋਣਗੇ, ਉੱਥੇ ਵੀ ਸਿਰਾ ਲੱਗੂ ਜਮਾ। ਸਾਰਾ ਨੈੱਟ ਖਤਮ ਕਰਤਾ, ਵਧੀਆ ਵਧੀਆ ਵੀਰੇ ਤੁਸੀਂ ਦੱਸੋ। ਹੈਲੋ ਇੱਥੇ ਪਿਆ ਰਹਿੰਦੇ ਪਾਣੀ, ਤੁਸੀਂ ਪਿਆਈ ਇੰਨੇ ਕੁ ਪਾਣੀ? ਅੱਛਾ ਮੈਂ ਲਾਈਵ ਕਰੀ ਜਾਂਦਾ, ਕਰਦਾ ਰੋਕ ਕੇ ਫੋਨ। ਟਾਟਾ ਟਾਟਾ, ਹਾਂ ਹਾਂ ਠੀਕ ਹੈ, ਟਾਟਾ ਟਾਟਾ। ਬਸ ਹੁਣ ਤਾਂ ਹੋ ਗਿਆ ਹੋ ਗਿਆ, ਮੈਂ ਤਾਂ ਬਾਈ ਮੈਚ ਹੁਣ ਮੇਰੇ ਹਿਸਾਬ ਨਾਲ ਤਾਂ ਚੱਲਣਾ ਹੀ ਨੀ ਮੈਚ ਬਾਈ ਯਾਰ, ਮੈਂ ਤਾਂ ਕੁਛ ਕਰ ਸਕਦਾ, ਮੈਂ ਤਾਂ ਬੈਠਾ ਆਰਾਮ ਨਾਲ, ਜਦੋਂ ਆਪਾਂ ਸਕੋਰਿੰਗ ਕਰੀ ਜਾਂਦੇ ਲਾਈਵ ਚੱਲੀ ਜਾਂਦਾ ਆਪਣਾ ਵਧੀਆ, ਅੰਪਾਇਰ ਅੰਪਾਇਰਿੰਗ ਕਰੀ ਜਾਂਦੇ ਆ, ਮੇਰਾ ਤਾਂ ਕੋਈ ਰੋਲ ਹੀ ਨੀ ਯਾਰ, ਮੇਰਾ ਤਾਂ ਯਾਰ ਤੁਸੀਂ ਔਰ ਪੁੱਜੇ ਹੋਏ ਕਹਿੰਦੇ ਅਰਸ਼ ਅਰੈਨ ਵਰਗੇ, ਰੋਹਿਤ ਉਦੈਪੁਰ ਗਦਾਰ ਨਾਲ ਕਹਿੰਦੇ ਪੁੱਜਿਆ ਹੋਇਆ ਹੈ, ਸਾਨੂੰ ਤਾਂ ਵਿੱਚ ਤੁਸੀਂ ਯਾਰ ਅੰਗਰੇਜ਼ ਮੁੰਡਾ ਕਹਿੰਦੇ ਆ ਗਏ 6ਵੇਂ ਓਵਰ ਦੀ ਸ਼ੁਰੂਆਤ ਜਿਹੜੀ ਕਹਿੰਦੇ ਮਗਰ ਨਾ ਪਲੇਅਰ ਖੜੇ ਸੀ ਯਾਰ, ਤਾਂ ਕਰਕੇ ਮੈਚ ਰੋਕਤਾ ਉਹਨਾਂ ਨੇ, ਬਈ ਪਹਿਲਾਂ ਇਥੋਂ ਕਲੀਅਰ ਕਰੋ ਫਿਰ ਮੈਚ ਚੱਲੂਗਾ। ਮੁੰਡੇ ਚਰਚੇ ਕਰਾਉਂਦੇ ਮੈਚ ਹਾਲੇ ਤੱਕ ਬਿਲਕੁਲ ਬਰਾਬਰੀ ਤੇ ਹੈ, 5 ਓਵਰ 67, ਨਾ ਤੇ ਬਹੁਤੇ ਜ਼ਿਆਦਾ ਨਾ ਬਹੁਤੇ ਘੱਟ ਹੈ, 12 ਬਾਲਾਂ ਬਾਕੀ ਹੈ, ਮੁੰਡਾ ਅੰਗਰੇਜ਼ ਬਾਲ ਪਾਉਣ ਉੱਤੇ ਆ ਗਿਆ, ਪਹਿਲੀ ਬਾਲ ਉਹਨੇ ਪਹਿਲੀ ਬਾਲ ਤੇ ਤਾਰੀ ਤਾਰੀ ਫੜਿਆ ਗਿਆ ਤੇ ਸਾਹਮਣੇ ਤਾਰੀ ਗਈਆਂ ਵੀ ਜੋ ਸੀ ਨਾ ਨੂੰ ਖਾ ਖਵਾਉਂਦਾ, ਜਿਹਨੂੰ ਹੱਥ ਨਹੀਂ ਸੀ ਕੋਈ ਪਾਉਂਦਾ, ਅੱਜ ਧੱਕੇ ਚੜ ਗਿਆ 11 ਨੇ ਨੀ ਉਹ ਕਿਸਮਤ ਖੋਟੀ ਦਾ ਦੇਖ ਰਗੜ ਕੇ ਰੱਖਦਾ ਨੀ ਅੱਜ ਵੱਡੀ ਚੋਟੀ ਦਾ ਵੱਡੀ ਵੀਰ ਜਿਹੜੀ ਕਹਿੰਦੇ ਆਊਟ ਹੋ ਕੇ ਵਾਸ ਖਾਟ ਲਵਾਉਣਾ ਚਾਹੁੰਦੇ।
ਆ ਗਿਆ ਨਵੀਂ ਗੰਗਾ ਨਗਰੀਆ ਤਾਰੀ ਕਹਿੰਦੇ ਗੰਗਾ ਨਗਰੀਆ ਜਿਹੜਾ ਕਹਿੰਦੇ ਆਊਟ ਹੋ ਕੇ ਵਾਪਸ ਮੁੜ ਗਿਆ ਹੈ ਬੱਲੇਬਾਜ਼ ਦੇਖਣ ਸੱਜੀ ਨੇ ਬਈ ਦੱਸੋ ਹਨੀ ਦਾਲਸੀਰ ਨਵੀਂ ਹਾਂ ਨਵੀਂ ਹੈ 11 ਬਾਲਾਂ ਬਾਕੀ ਨੇ 67 ਸਕੋਰ ਜਿਹੜੇ ਕਹਿੰਦੇ ਲੱਗਿਆ ਹੈ ਨਵੀਂ ਤੇ ਅੰਗਰੇਜ਼ ਦੀ ਟੱਕਰ ਛੇਵੇਂ ਓਵਰ ਦੀ ਖੇਡ ਪਹਿਲੀ ਬਾਲ ਉਧਰਲੇ ਪਾਸੇ ਫੇਰ ਬੰਦਾ ਕਹਿੰਦੇ ਨਵੇਂ ਟਰਾਈ ਕਰ ਰਿਹਾ ਹੈ ਪਰ ਸਭ ਨੇ ਫੇਰ ਜਿਹੜਾ ਕਹਿੰਦੇ ਬਜ਼ੁਰਗ ਇੱਕ ਸਾਈਕਲ ਦੇ ਲਾਦੇ ਜਿਹੜੇ ਕਹਿੰਦੇ ਹੋ ਗਏ ਆ ਗਿਆ ਹਣੀ ਹੁਣ ਜਿਹੜੀਆਂ ਕਹਿੰਦੇ ਪਹਿਲੇ ਭਾਗ ਬੱਲੀ ਪਾਰੀ ਦੀਆਂ ਬਾਕੀ ਮੈਂ ਦੱਸਿਆ ਕਰੀਏ ਜਿਹੜੇ ਮੁੰਡੇ ਕਹਿੰਦੇ ਅਰਪਣ ਵਰਗੇ ਰਾਹੁਲ ਵਰਗੇ ਕਮਲ ਵਰਗੇ ਹਾਂਜੀ ਹਾਂਜੀ ਰਾਜਾ ਸਿੱਧੂ ਆਇਆ ਸਾਰੇ ਆਇਆ ਅਗਲਾ ਮੈਚ ਹੈ ਵੀਰੇ ਪੋਪਲ ਦਾ ਅੰਗਰੇਜ਼ ਆਇਆ ਅੰਗਰੇਜ਼ ਖੱਟ ਵਾਲਾ ਅੰਗਰੇਜ਼ ਸਿਰਾ ਕਰ ਗਿਆ ਬਾਈ ਬੋਲ ਦੱਸੋ ਕਿਵੇਂ ਲੱਗੀ ਅੰਗਰੇਜ਼ ਦੀ ਆ ਗਿਆ ਸਪੀਡ ਸਟਾਰ ਹੁਣ ਬੈਟਿੰਗ ਤੇ ਜਿਹੜਾ ਜਿਹੜਾ ਡੀਜੇ ਨੂੰ ਪਿਆਰ ਕਰਦਾ ਕਮੈਂਟ ਕਰੋ ਡੀਜੇ ਆ ਗਿਆ ਸਪੀਡ ਸਟਾਰ ਅਗਲਾ ਮੈਚ ਹੈ ਵੀਰੇ ਅਗਲਾ ਮੈਚ ਰਜਤ ਕੋਲ ਹੀ ਰਜਤ ਨੇ ਮੰਗਾਈਏ ਕਿਆ ਐਨ ਮੁੰਡੇ ਨੇ ਕਹਿੰਦੇ ਮੈਚ ਹੀ ਬਦਲ ਕੇ ਰੱਖ ਦਿੱਤਾ ਅੰਗਰੇਜ਼ ਨੌਜਵਾਨ ਸਿਰੇ ਦੀਆਂ ਬਾਲਾਂ ਪਾਉਂਦਾ ਖਿਡਾਰੀ ਆਊਟ ਹੈ ਤੇ ਮੁੜਨਾ ਪੈ ਗਿਆ ਡੀਜੇ ਗੰਗਾ ਨਗਰੀਆ ਨੂੰ ਜਿਹੜਾ ਕਹਿੰਦੇ ਆਊਟ ਹੋ ਕੇ ਵਾਪਸ ਚਾਰ ਬਾਲਾਂ ਹੋਈਆਂ ਤਿੰਨ ਖਿਡਾਰੀ ਮੁੜ ਗਏ ਹੈ ਡੀਜੇ ਵਾਲਿਆ ਬਣ ਗਈ ਗੱਲ ਖੁਸ਼ ਹੈ ਪੂਰਾ ਖੁਸ਼ ਹੈ ਪੂਰਾ ਕਹਿੰਦਾ ਵੀ ਹਾਲੇ ਨੀ ਹਾਲੇ ਨੀ ਹਾਲੇ ਸੰਨੀ ਫਿਰ ਨਾ ਲਾਏ ਬਾਈ ਅੰਗਰੇਜ਼ ਦੀ ਬੋਲਿੰਗ ਦੱਸੋ ਕਿਵੇਂ ਲੱਗੀ ਯਾਰ ਸਾਰਾ ਮੈਚ ਮੋੜਤਾ ਅੰਗਰੇਜ਼ ਨੇ ਜੁਗਲ ਕਵੋ ਇਹ ਪੰਗਰ ਖੇੜਿਆ ਲਓ ਭਰਾ ਸਾਡਾ ਲਾਈਵ ਨਾਲ ਜੁੜ ਗਿਆ ਬਹੁਤ ਬਹੁਤ ਧੰਨਵਾਦ ਲੀਗਾਂ ਦਾ ਬਾਦਸ਼ਾਹ ਉਮਰ ਵਕਤ ਦੇ ਪਾਣੀ ਲੰਘ ਜਾਣ ਤੇ ਵਾਪਸ ਮੁੜਦੇ ਆ ਖੇਡ ਕੇ ਦੋ ਸਕੋਰਾਂ ਦੇ ਵਾਧੇ ਕੀਤੇ ਆ 70 ਸਕੋਰ ਜਿਹੜਾ ਕਹਿੰਦੇ ਬਣ ਗਏ ਆ ਲਾਸਟ ਬਾਲ ਸਿੰਘ ਦੀ ਬਾਕੀ ਕੁੱਲ ਬਣਾ ਕੇ 7 ਬਾਲਾਂ ਦੀ ਜਿਹੜੀ ਕਹਿੰਦੇ ਖੇਡ ਬਾਕੀ ਹੈ ਵੀ ਸਾਨੂੰ ਲੱਖ ਨਹੀਂ ਹੈ ਠੀਕ ਹੈ ਤੁਹਾਡੇ ਤੋਂ ਤਾਂ ਸਾਰੀ ਦੁਨੀਆ ਡਰਦੀ ਹੈ ਜਮਾਨਾ ਮੋੜਦੇ ਘੁੰਮ ਦੇਖੀਏ ਇਸਲਾਮਾਬਾਦ ਪਿੰਡੀ ਤੇ ਪਿਸ਼ੌਰ ਜੋੜ ਬਲਦਾ ਨੂੰ ਗੱਡੇ ਜਾ ਕੇ ਘੁੰਮੀਏ ਲਾਹੌਰ ਬਾਬੇ ਨਾਨਕ ਦਾ ਪਿੰਡ ਨਨਕਾਣਾ ਮੋੜਦੇ ਸਾਨੂੰ ਪਹਿਲਾ ਰੱਬਾ ਏ ਜਮਾਨਾ ਮੋੜਦੇ ਅੱਜ ਤੇ ਬਜ਼ੁਰਗ ਬੱਚੇ ਨੌਜਵਾਨ ਤਿੰਨੇ ਪੀੜੀਆਂ ਕਹਿੰਦੇ ਇਸ ਪਿੰਡ ਦੀਆਂ ਆ ਕਹਿੰਦੇ ਮੇਲੇ ਨੂੰ ਆ ਮੈਚਾਂ ਨੂੰ ਕਹਿੰਦੇ ਟੱਕ ਰਹੀਆਂ ਨੇ ਸੱਤਰ ਕਹਿੰਦੇ ਖਾਟ ਲਗਾਉਣੇ ਵਾਲੇ ਪਾ ਰਹੇ ਆ ਹਾਂਜੀ ਹਾਂਜੀ ਨਾਲ ਦੇਖੇ ਸੀ ਉਹ ਮੇਲੇ ਪਰਤ ਕੇ ਆਉਣੇ ਨੇ ਮੱਖਣ ਜੱਟ ਜਾਰਾ ਚੁੱਪ ਕਰ ਗਿਆ ਉਹ ਵੇਲੇ ਪਰਤ ਕੇ ਆਉਣੇ ਨੇ
ਵਾਸੀਆਂ ਤਾਈਆਂ ਜਾਂਦੀਆਂ ਰਹੀਆਂ ਤੇ ਟੁੱਕ ਹਰਾਮ ਦਾ ਹੁਣ ਖਾਧੀ ਜਾਂਦੇ ਨੇਕ ਕਮਾਈਆਂ ਜਾਂਦੀਆਂ ਰਹੀਆਂ ਜਿਹੜੀਆਂ ਢੱਗਿਆਂ ਦੇ ਨਾਲ ਹੁੰਦੀਆਂ ਸੀ। ਹਾਂਜੀ ਹਾਂਜੀ ਪਵਨ ਵੀਰ ਜੀ ਸਤਿ ਸ੍ਰੀ ਅਕਾਲ, ਹੋਰ ਵੀਰ ਜੀ ਠੀਕ ਹੋ? ਹੁਣ ਲੁਗਣ ਮਚਾਈਆਂ ਜਾਂਦੀਆਂ ਰਹੀਆਂ, ਨਵੇਂ ਨਵੇਂ ਹੁਣ ਕੰਬਲ ਆ ਗਏ, ਰੇਸਟ ਲਾਈਆਂ ਜਾਂਦੀਆਂ ਰਹੀਆਂ ਜਿਹੜੀਆਂ ਘੁੰਡ ਕੱਢ ਕੱਢ ਸੀ ਰੱਖਦੀਆਂ ਉਹ ਬੁੱਢੀਆਂ ਮਾਈਆਂ ਜਾਂਦੀਆਂ ਰਹੀਆਂ। ਜ਼ਮਾਨਾ ਚੇਂਜ ਹੋ ਗਿਆ, ਸ਼ੋਰ ਦੇ ਕੱਤਰ ਸਕੂਲ ਜਿਹੜੇ ਕਹਿੰਦੇ ਬਣੇ ਆ, ਲਾਸਟ ਓਵਰ ਦੀ ਜਿਹੜੀ ਕਹਿੰਦੇ ਖੇਡ ਮੈਦਾਨ ਅੰਦਰ ਕਹਿੰਦੇ ਹੁਣ ਖੇਡਣੀ ਬਾਕੀ। 6 ਓਵਰ 71 ਰਨ ਹੋ ਗਏ ਬਈ, ਲਾਸਟ ਓਵਰ ਆ ਗਿਆ, ਦੱਸੋ ਕਿੰਨੇ ਰਨ ਦਾ ਟਾਰਗੇਟ ਸੈੱਟ ਹੋਊਗਾ, ਲਾਸਟ ਓਵਰ ਲੈ ਕੇ ਕੌਣ ਆਊਗਾ ਹੁਣ? ਬੱਲੇਬਾਜ਼ੀ ਕਰ ਰਿਹਾ ਪਰ ਖਾਦ ਲਗਾਉਣੇ ਵਾਲਿਆਂ ਨੇ ਜਿਹੜੇ ਆਵਲ ਪਾਏ ਆ ਨਾ, ਆ ਓਵਰਾਂ ਚ ਮੁੰਡਾ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਆਪਣੀ, ਕਹਿੰਦੇ ਟੀਮ ਬਾਈ ਕੀ ਦੱਸਾਂ ਜੀ, ਪੋਪਲ ਦਾ ਅਗਲਾ ਮੈਚ ਹੈ। ਹੈਲੋ, ਹਾਂਜੀ ਹਾਂਜੀ ਸੰਦੀਪ ਵੀਰੇ ਦੱਸੋ ਜੀ, ਹੁਣ ਲਾਸਟ ਓਵਰ ਦੀ ਖੇਡ ਜਿਹੜੀ ਕੌਣ ਆ ਗਿਆ ਧਰਤੀ ਹੈ ਉਹਨਾਂ ਯੂਐਸ ਵਾਲਾ ਵੀਰ ਨਾਲ ਕੰਮ ਆਸਟ੍ਰੇਲੀਆ ਨਾਲ ਮੰਗੀ ਕਨੇਡਾ ਕੇ ਬਾਈ ਸਾਡੇ ਵੱਡੀ ਸਪੋਰਟ ਕਰਦੇ ਆ ਇਹਨਾਂ ਦਾ ਵੀਰ ਤੇ ਵੱਡੇ ਵੇਲੇ ਜਿਹੜੇ ਕਹਿੰਦੇ 71,000 ਦੇ ਜਿਹੜੇ ਕਹਿੰਦੇ ਖੇਡੇ ਜਾ ਰਹੇ ਆ। ਇੱਕ ਹੋ ਗਈ ਹੁਣ ਕੁੱਲ ਮਿਲਾ ਕੇ 5 ਬਾਲਾਂ, ਬਾਕੀ ਜਿਹੜੇ ਜਿੱਤ ਗਏ ਤੇ ਇੱਕ ਇਨਾਮ ਇੱਕ ਟਰਾਫੀ ਦੇ ਜਿਹੜੇ ਕਹਿੰਦੇ ਦਾਅਵੇਦਾਰ ਹੋ ਜਾਣਗੇ। ਪਰ ਬਾਲ ਸੋਹਣੇ ਗਗਨ ਮੁੰਡਾ ਕਹਿੰਦੇ ਵੱਧਾ ਹੋਇਆ ਪਾਉਣ ਵਾਸਤੇ ਔਰ ਗੰਗਾ ਨਗਰੀਆ ਸਾਚੀ ਬਾਈ, ਮੈਂ ਦੱਸਾਂ ਕੀ ਤੁਹਾਨੂੰ, ਇਹ ਤਾਂ ਦੱਸੋ ਸੰਦੀਪ ਵੀਰੇ ਦੱਸਾਂ ਕੀ ਤੁਹਾਨੂੰ ਮੈਂ ਬਾਈ, ਇੱਕੋ ਕਮੈਂਟ ਦੱਸਦੇ ਦੱਸਾਂ ਕੀ, ਇਹ ਤਾਂ ਦੱਸੋ ਹੁਣ। ਹਾਂ ਮੈਂ ਟੂਰਨਾ ਬਾਲ ਹਵਾ ਚ ਉਹ ਛੱਡਤਾ, ਦੱਸਦੇ ਭਾਈ ਯਾਰ ਬਣ ਚੁੱਕੇ ਆ ਵੀ ਚੜੀ ਚਵਾਨੀ ਦੋ ਚੰਨ ਚੜਿਆ ਕਦੇ ਦਾ ਗੁੱਜੇ ਰਹਿੰਦੇ ਹੁਸਨ ਹੱਟਾ ਲਾਈ ਸਹੀ ਕਰੋ ਯਾਰ ਕਹਿੰਦੇ ਕਿਸਦੇ ਲਈ ਹਰਜੀਤ ਵਹਿਣੀਵਾਲ ਉਹੀ ਜਾਣਦਾ ਆਪੇ ਤੇ ਤੁਸੀਂ ਫੋਨ ਚੇਂਜ ਕਰੋ ਉਸਨ ਜਵਾਨੀ ਤੇ ਮਾਪੇ ਬਾਈ ਮੈਂ ਲਾਈਵ ਕਰੀ ਜਾਂਦਾ ਤੁਹਾਨੂੰ ਫੋਨ ਕਰਦਾ ਫਰੀ ਹੋ ਕੇ ਉਹਨੇ ਕਹਿੰਦੇ ਸੱਤਾਂ ਨੂੰ ਲੈਣ ਤੇ ਖੜਾ ਕੇ ਪਿੱਛਾ ਵੀ ਤੁਸੀਂ ਓ ਵਾਹ ਯਾਰ ਉਹਨਾਂ ਨੇ ਆਖਿਆ ਵੀ ਅਸੀਂ ਤੇ ਬਾਬਲਾ ਤੇੜਾ ਦਿੱਤਾ ਉਹ ਵੇਖੀ 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 ਬਾਈ ਓਏ ਰਜਣੀ ਫਰੀ ਉਹਨੇ ਆਖਿਆ ਵੀ ਮੈਂ ਤੇ ਆਪਣੇ ਲੇਖਾ ਦਾ ਦਿੱਤਾ ਖਾਂਦੀ ਹੈ ਤੇ ਉਹ ਗੱਲ ਆ ਵੀ ਕਿਸ ਦੇ ਲੇਖੀ ਕੀ ਬਾਈ ਫੀਲਡਿੰਗ ਦੱਸੋ ਕਿਵੇਂ ਲੱਗੀ ਯਾਰ ਅਰਸ਼ ਦੀ ਯਾਰ ਬਾਈ ਯਾਰ ਛੱਕਾ ਰੋਕਤਾ ਮੁੰਡੇ ਨੇ ਯਾਰ ਤਗੜਾ ਫੜ ਕਰਿਆ ਮੁੰਡੇ ਨੇ ਔਰ ਆਪਣੀ ਟੀਮ ਵਾਸਤੇ ਜਿਹੜੇ ਕਹਿੰਦੇ ਸਕੋਰ ਬਚਾ ਲਿਆ ਬਾਈ ਬਹੁਤ ਤਕੜਾ ਯਾਰ ਐਫਰਟ ਲਾਇਆ ਯਾਰ ਅਰਸ਼ ਨੇ ਹਾਂਜੀ ਹਾਂਜੀ ਭੇਜ ਦੋ ਜੀ ਭੇਜ ਦੋ ਥੈਂਕ ਯੂ ਬਾਈ ਇੱਕ ਮਿੰਟ ਬਾਈ ਬਾਈ ਬਹੁਤ ਤਕੜਾ ਐਫਰਟ ਲਾਇਆ ਸੀ ਯਾਰ ਚਲੋ ਜੀ ਕਰਮ ਬਾਹਰ ਬਾਹਰ
ਮੈਂ ਪੁੱਛਿਆ ਸੀ ਭਾਈ ਯਾਰ ਜਿਹੜੇ ਬਾਹਰ ਬੈਠੇ ਹੁੰਦੇ ਲੈਣ ਦੇ ਨੇੜੇ ਜਲਦਬਾਜ਼ੀ ਫੈਸਲਾ ਨਾ ਕਰਿਆ ਕਰੋ, ਦੇਖਿਆ ਕਰੋ, ਜੋ ਜਾਇਜ਼ ਹੁੰਦਾ ਜੋ ਸਹੀ ਹੁੰਦਾ ਉਹ ਆਖਿਆ ਕਰੋ। ਵਿਸ਼ੇਸ਼ ਕੁਲਾਂ ਦੇ ਵਾਧੇ ਆਏ ਸਿਆਸੀ ਸਕੂਲ ਜਿਹੜੇ ਕਹਿੰਦੇ ਬਣ ਗਏ ਲਾਸਟ ਵਾਲ ਹੈ ਸਿਆਸੀ ਹੋ ਗਏ ਹਾਲੇ ਦੋ ਵਾਲਾਂ ਬਾਕੀ ਦੋ ਭਈਆਂ ਦੋ ਸਿਆਸੀ ਬਣ ਗਏ ਵੱਡੇ ਟਾਰਗੇਟ ਵੱਲ ਮੁੰਡੇ ਕਹਿੰਦੇ ਵੱਧ ਜਾ ਰਹੇ ਆਹ ਔਰ ਜਿਹੜਾ ਕਹਿੰਦੇ ਨਹੀਂ ਬਚ ਗਿਆ ਹੀ ਬਚ ਗਿਆ ਲੈ ਵੀ ਖੱਟ ਵਾਲਿਆ ਬਾਲ ਤੇ ਸਿਰੇ ਦੀ ਪੌੜੀ ਪੈਣੀ ਨਾ ਜਿਹੜਾ ਦੋ ਵਾਲਾਂ ਬਾਕੀ ਜਿਹੜੇ ਬਾਰਾਂ ਆ ਗਏ ਨਾ ਫਿਰ ਸੌ ਦੇ ਨੇੜੇ ਚੱਲ ਜਾਣਾ ਮੁੰਡਿਆਂ ਨੇ ਪਹਿਲੀ ਬਾਲ ਉਹਦੇ ਪਾਸੇ ਮੁੰਡਾ ਓ ਵਾਹ ਯਾਰ ਸਚਿਨ ਹੁਣ ਮੈਚ ਬਰਾਬਰ ਦਾ ਲੱਗੂ ਪੂਰਾ ਲਾਸਟ ਬਾਲ ਸੈਮੀ ਫਾਈਨਲ ਮੈਚ ਹੈ ਵੀਰੇ ਉੱਤੇ ਸਪੈਸ਼ਲ ਹੈਡਿੰਗ ਲਿਖੀ ਹੋਈ ਹੈ ਵੀਰੇ ਤੁਸੀਂ ਚੈੱਕ ਕਰੋ ਔਰ ਸਾਹਮਣੇ ਵੇਖਾਂਗੇ ਕਮਾਲ ਜਿਹੜੀ ਕਹਿੰਦੇ ਵੱਡੀ ਹੋ ਗਈ 92 ਬਣ ਗਿਆ ਡੀਜੇ ਵਾਲੇ ਦਾ ਦਿਲ ਵੀ ਘਟ ਲੱਗ ਗਿਆ ਹੈ ਹਾਂਜੀ ਹਾਂਜੀ ਗੌਰਵ ਮਿੱਟਾ ਜੀ ਲਓ ਜੀ ਸਾਹਮਣੇ 92 ਸਕੋਰ ਆ ਲਾਸਟ ਵਾਰ ਸਪਾਰੀ ਦੀ ਡੀਜੇ ਵਾਲਾ ਕਹਿੰਦਾ ਵੀ ਕੋਈ ਚੱਕਰ ਨੀ ਬਾਹਰ ਲੈਂਦੇ ਜਿੰਨੇ ਬੰਦੇ ਹੈ ਸਾਡੀ ਵਾਰੀ ਹਾਲੇ ਆਉਣੀ ਹੈ 92 ਸਕੋਰ ਜਿਹੜੇ ਕਹਿੰਦੇ ਬਣ ਗਏ ਲਾਸਟ ਬਾਲ ਚਲਾ ਦਿਓ ਜੀ ਚਲਾ ਦਿਓ ਮੈਚ ਪਾਓ ਬਾਲ ਕੀ ਚੱਕਰ ਹੈ ਲਾਸਟ ਬਾਲ ਪਹਿਲਾਂ ਸੈਮੀ ਫਾਈਨਲ ਮੈਚ ਆ ਬਾਲ ਤੇ ਟਾਰਗੇਟ ਸੈੱਟ ਹੋਊਗਾ ਹੁਣ ਕਿਹੜੀ ਕਿਹੜੀ ਸਮਾਪਤੀ ਹੁਣ ਜਾ ਰਹੀ ਹੈ ਲਾਸਟ ਬਾਲ ਸਚਿਨ 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 ਆ ਬਾਲ ਟਿਕਾਣੇ ਦੀ ਇੱਕ ਦੋ ਦੂਰੀ ਜਿਹੜੀ ਕਹਿੰਦੇ ਕਾਲ ਹੈ ਪਚਾਨਵੇਂ ਦਾ ਟਾਰਗੇਟ ਹਾਂਜੀ ਜਸ਼ਨ ਬਰਾੜ ਜੀ ਅਗਲਾ ਮੈਚ ਹੀ ਹੈ ਤੁਹਾਡਾ ਤਾਂ ਤੁਹਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਹਾਂਜੀ ਹਾਂਜੀ ਚੁਰਾਨਵੇਂ ਹੋ ਗਏ 95 ਦਾ ਟਾਰਗੇਟ ਹੈ ਕਿਵੇਂ ਹੋ ਬਾਈ ਠੀਕ ਹੋ ਕੋਹਲੀ ਦਾ ਮੁਕਾਬਲਾ ਖੇਡਿਆ ਜਾਵੇਗਾ ਕੁੰਡਲਾ ਦੇ ਨਾਲ ਟੱਕਰ ਅਗਲੇ ਸੈਮੀਫਾਈਨਲ ਮੈਚ ਚੁਰਾਨਵੇਂ ਬਣੇ 95 ਦਾ ਟਾਰਗੇਟ ਹੈ ਫਾਈਨਲ ਅੱਜ ਸ਼ਾਮ ਨੂੰ ਹੋਊਗਾ ਵੀਰੇ
ਕਰੋ ਸ਼ੁਰੂ ਮੈਚ। ਹੁਣ ਰੋੜਾ ਰੱਪਾ ਤੁਹਾਨੂੰ ਪਤਾ ਹੀ ਆ, ਫਿਰ ਪੈਂਦਾ ਹੀ ਰਹਿੰਦਾ। ਠੀਕ ਹੈ ਜੀ, ਠੀਕ ਹੈ ਗੌਰਵ ਮਿੱਡਾ ਜੀ। ਪਾਲੀ ਮੇਰੀ ਪਤਾ ਠੀਕ ਹੈ ਜੀ। ਆ ਨੀਲੀ ਟੀ ਸ਼ਰਟ ਵਾਲਾ ਉਤਾਰੀ ਹੈ ਬਾਈ, ਹੁਣ ਆਊਗਾ ਉਦੈਪੁਰ ਵਾਲਾ ਰੋਹਿਤ ਬੈਟਿੰਗ ਤੇ। ਪਹਿਲਾ ਓਵਰ ਲੈ ਕੇ ਆ ਗਿਆ, ਕੌਣ ਆਊਗਾ? ਡੀਜੇ ਆਊ ਮੈਨੂੰ ਲੱਗਦਾ, ਕਾ ਆਊਗਾ ਸੰਦੀਪ ਡੀਜੇ। ਪਹਿਲਾ ਓਵਰ ਜਰਸੀ ਬਣਾ ਦਿਆਂਗੇ ਸੰਜੀਵ ਜੀ, ਬਾਲਾਂ ਸਾੜ ਕੇ ਰਹੀ ਜਾਂਦੇ ਜੀ ਨਵੀਆਂ। ਪਹਿਲਾ ਓਵਰ ਸਪੀਡ ਸਟਾਰ ਡੀਜੇ, ਕਰ ਦੋ ਸ਼ੇਅਰ ਇੱਕ ਇੱਕ ਵਾਰੀ ਸਾਰੇ ਭਰਾ ਸਾਰੇ। ਠੀਕ ਹੈ ਵੀਰ ਜੀ, ਬੋਲਾਂ ਚੈੱਕ ਕਰ ਲੋ ਕਿੰਨਾ ਟਾਈਮ ਹੋਗਾ, ਇੱਕ ਘੰਟਾ ਚ ਇੱਕ ਪਾਰੀ ਖਤਮ ਹੋਈ ਹੈ ਮੈਨੂੰ ਲੱਗਦਾ। ਇੱਕ ਘੰਟੇ ਚ ਇੱਕ ਪਾਰੀ, ਆ ਰਹੀਆਂ ਬੋਲਾਂ ਵੀਰੇ, ਝੋਲਾ ਭਰਿਆ ਪਿਆ ਆ ਪਿਆ, ਪੁਰਾਣੀ ਹੈਗੀ ਆ। ਕਿੱਥੇ ਕਿੱਥੇ ਯਾਰ, ਦੇਣਾ ਵੀਰੇ ਅਗਲੇ ਮੈਚ ਵੀ ਸਿਰਾ ਹੀ ਲੱਗੂ। ਮੈਂ ਚਲਾ ਦੀ ਮੇਰੀ ਬੇਨਤੀ ਜਲਦੀ ਦੇ ਨਾਲ ਆ ਜਾਓ ਬੱਲੇਬਾਜ਼ੀ ਖਾਰ ਲਵਾਣਾ ਦੇ। 94-95 ਦਾ ਟਾਰਗੇਟ, 1100 ਕਮੈਂਟ ਹੋ ਗਿਆ ਹੁਣ ਤੱਕ, ਇੱਕ ਘੰਟੇ ਚ 1100 ਕਮੈਂਟ, 1100 ਕਮੈਂਟ ਹੋ ਗਿਆ ਬਾਈ। ਆਪਣੇ ਪੇਜ ਨੂੰ ਫੋਲੋ ਵੀ ਕਰ ਲੋ ਯਾਰ ਸਾਰੇ ਭਰਾ, ਨਾਲੇ ਵੀਡੀਓ ਨੂੰ ਲਾਈਕ ਕਰ ਦੋ ਸਾਰੇ ਭਰਾ, ਫੋਲੋ ਕਰ ਲੋ ਆਪਣੇ ਪੇਜ ਨੂੰ। 1100 ਕਮੈਂਟ ਹੋ ਗਿਆ ਇੱਕ ਘੰਟੇ ਚ, ਮਤਲਬ ਜਦੋਂ ਮੈਚ ਮੁਕੰਮਲਾ 3-4 ਹਜ਼ਾਰ ਕਮੈਂਟ ਹੋ ਜੂ। ਪਹਿਲਾਂ ਸੈਮੀਫਾਈਨਲ ਮੈਚ, ਦੂਜੇ ਚੈਪਟਰ ਦੀ ਸ਼ੁਰੂਆਤ ਹੋਣ ਲੱਗੀ ਹੈ।
ਚੁਰਾਨਵੇਂ ਬਣੇ 95 ਦਾ ਟਾਰਗੇਟ ਆ ਬੱਲੇਬਾਜ਼ੀ ਕਰਨ ਵਾਸਤੇ ਟੀਮ ਜਿਹੜੀ ਕਹਿੰਦੇ ਆ ਗਈ ਸ਼ਾਟਲ ਬਣੇ ਨੇ ਜੀ ਬੌਲਾ ਪਾਵੇਗੀ ਗੰਗਾ ਨਗਰ ਨਹੀਂ ਨੀ ਵੀਰੇ ਨੀ ਆਇਆ ਕੀ ਹੋ ਗਿਆ ਇਨਰ ਇਨਰ ਤਾਂ ਪਾਉਂਦੇ ਨੀ ਤੂੰ ਹੈਨਾ ਆਹਦੇ ਧੀ ਨੀ ਸਹੀ ਆ ਆਓ ਯਾਰ ਘੰਟੇ ਤੋਂ ਉੱਤੇ ਹੋ ਗਿਆ ਪਹਿਲਾ ਓਵਰ ਨੂੰ ਰਾਗ ਤਾਰੀ ਦੇ ਮੈਨੂੰ ਲੱਗਦਾ ਬਾਈ ਯਾਰ ਇੱਕ ਦੋ ਰਾਣੀ ਆ ਇੱਕ ਦੋ ਰਾਣੀ ਆ ਤਾਰੀ ਦੇ ਬਾਈ ਹਾਂਜੀ ਹਾਂਜੀ ਫਾਈਨਲ ਤਾਂ ਅੱਜ ਹੀ ਹੈ ਲਿਆਓ ਜੀ ਹਾਂਜੀ ਬਈ ਲੈ ਵੀ ਚਲਾਓ ਯਾਰ ਮੈਚ ਆ ਜਾ ਉਹਦੇ ਬਰੀਆ ਲੱਗੇ ਯਾਰ ਕਰੀ ਯਾਰ ਵਾਰੀ ਵਾਰੀ ਚੰਗਾ ਨੀ ਲੱਗਦਾ ਬੰਦਾ ਫੂਲ ਦਾ 94 ਬਣੇ ਆ 95 ਦਾ ਟਾਰਗੇਟ ਆ ਰਾਗ ਮੁੰਡਾ ਕਹਿੰਦੇ ਪਹਿਲੇ ਓਵਰ ਦੀਆਂ ਬਾਲਾਂ ਪਾਉਣ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਆ ਮੁੰਡਾ ਗੰਗਾ ਨਗਰ ਸ਼ਹਿਰ ਦਾ ਦੂਜੇ ਪਾਸੇ ਖਾਟਲ ਬਣਨ ਵਾਲਾ ਕਹਿੰਦੇ ਮੰਥਨ ਪਹਿਲੇ ਓਵਰ ਦੀਆਂ ਪਹਿਲੀਆਂ ਬਾਲਾਂ ਦਾ ਸਾਹਮਣਾ ਕਰਨਾ ਤੇ ਨੌਜਵਾਨ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਹੈ ਨਾਲ ਕਹਿੰਦੇ ਉਹਦੇ ਪਰਿਵਾਰ ਪਿੰਡ ਹੈ ਕਹਿੰਦੇ ਰੋਹਿਤ ਮੁੰਡਾ ਕਹਿੰਦੇ ਬਹਿਣੀ ਵਾਲਾ ਪਰਿਵਾਰ ਦਾ ਜਿਹੜਾ ਕਹਿੰਦੇ ਸਾਥ ਦੇਣ ਵਾਸਤੇ ਹਾਂਜੀ ਹਾਂਜੀ ਆ ਗਈ ਆ ਗਈ ਜਿਹੜਾ ਕਹਿੰਦੇ ਟੱਕਰ ਜਿਹੜੀ ਕਹਿੰਦੇ ਸ਼ੁਰੂ ਹੋਣ ਜਾ ਰਹੀ ਹੈ ਆ ਟੱਕਰ ਦੇਖਣ ਵਾਲੀ ਵਾਲਾ ਭੇੜ ਕਹਿੰਦੇ ਬਾਲਰਾਂ ਦੇ ਬੈਟਸਮੈਨਾਂ ਦੇ ਜਿੰਨੂ ਏੜ ਗੇੜ ਕਹਿੰਦੇ ਪਹਿਲੀ ਬਾਲ ਰਾਗ ਦੀ ਉਧਰਲੇ ਪਾਸੇ ਖਾਤਾ ਵਾਲਾ ਕਰਦਾ ਹੋਇਆ ਟਰਾਈ ਪਰ ਪਹਿਲੀ ਬਾਲ ਤੇ ਸਿਰੇ ਦੀ ਪਹਿਲੀ ਤੀਰੀ ਬਾਲ ਮੁੰਡਾ ਕਹਿੰਦੇ ਗੰਗਾ ਨਗਰੀਆ ਭਾ ਗਿਆ ਵੀ ਜਿਹੜਾ ਪਹਿਲਾਂ ਕਰਦੇ ਪਹਿਲ ਉਹ ਜੇਤੂ ਮੇਲੇ ਦਾ ਤੇ ਅੰਸ਼ ਜਿਤਾਉਂਦੀ ਜਿੱਤਾਂ ਦਾਵਾ ਰਾਜੇ ਖੇਲੇ ਦਾ ਬਾਲ ਸਿਰੇ ਦੀ ਹੈ ਨਾਰਾਜ ਮੁੰਡਾ ਕਹਿੰਦੇ ਗੰਗਾ ਨਗਰ ਰਾਜਸਥਾਨ ਦੀ ਉਹ ਧਰਤੀ ਭਾਰਤ ਦੀ ਕਹਿੰਦੇ ਸਭ ਤੋਂ ਵੱਡੀ ਸਟੇਟ ਦੇ ਸਾਹਮਣੇ ਪਾਉਂਦਾ ਹੋਇਆ ਬਾਲਾ ਮੁੰਡਾ ਕਹਿੰਦੇ ਗੰਗਾ ਨਗਰ ਵਾਲਾ ਹੁਣ ਰਾਗ ਉਧਰਲੇ ਪਾਸੇ ਹਲਕੀ ਦਿੱਕਤ ਹੈ ਬਾਈ ਮੈਨੂੰ ਤੁਸੀਂ ਕਾਲ ਕਰ ਲਿਓ ਤੁਹਾਨੂੰ ਦੱਸ ਦਿਆਂ
ਬਾਈ ਬੋਲ ਵੱਜੀ ਮੰਥਨ ਦੇ ਬਾਈ ਬੋਲ ਵੱਜੀ ਬੋਲ ਹੁਣ ਗਾਰਡ ਯਾਦ ਆਇਆ ਗਾਰਡ ਤਾਂ ਜ਼ਰੂਰੀ ਆ ਯਾਰ ਜੀ ਗਾਰਡ ਵਗੈਰਾ ਦੀ ਲੋੜ ਸਾਡੇ ਕੋਲ ਵੀ ਹੈਗਾ ਹਾਲੇ ਪਹਿਲਾਂ ਹੀ ਸੈਮੀਫਾਈਨਲ ਹਾਲੇ ਅੱਧਾ ਵਿਆਹ ਦੇ ਸਾਢੇ ਚਾਰ ਹੋ ਗਏ ਇੱਕ ਸੈਮੀਫਾਈਨਲ ਇੱਕ ਫਾਈਨਲ ਪੂਰਾ ਵਿਆਹ ਆਪਣੇ ਕੋਲ ਇੱਕ ਦੋ ਤਿੰਨ ਬਾਈ ਜੀ ਕੁੰਡਲ ਡਿਸੀਜਨ ਦੱਸਿਆ ਪਤਾ ਨੀ ਬਾਈ ਯਾਰ ਕੁੰਡਲ ਟਾਸ ਦੀ ਜੇਤੂ ਹੈ ਪਤਾ ਨੀ ਕੁੰਡਲ ਡਿਸੀਜਨ ਦੱਸੋ ਜੀ ਗੱਲ ਜੀ ਸਾਹਮਣੇ ਕੋਈ ਚੱਕਰ ਨੀ ਜੇ ਲੱਗੀ ਤਾਂ ਉਹਨੇ ਆਪ ਹੀ ਪਾਸੇ ਹੋਣਾ ਪਹਿਲੇ ਉਮਰ ਦੀਆਂ ਬਾਲਾਂ ਨੇ ਪਹਿਲਾਂ ਸੈਮੀਫਾਈਨਲ ਮੈਚ ਇੱਕ ਪਾਸੇ ਗੰਗਾਨਗਰ ਇੱਕ ਪਾਸੇ ਖਾਰਲਵਾੜਾ ਇੱਕ ਦੂਜੇ ਨਾਲ ਇਕੱਠੇ ਖੇਡ ਖੇਡ ਮੁੰਡੇ ਜਿਹੜੇ ਕਹਿੰਦੇ ਅੱਜ ਆਪਣੇ ਸਾਹਮਣੇ ਹੋਏ ਪਏ ਆ ਤੇ ਸਾਹਮਣੇ ਪਹਿਲੇ ਓਵਰ ਦੀਆਂ ਬਾਲਾਂ ਹੁਣ ਰਾਗ ਜਿਹੜੇ ਕਹਿੰਦੇ ਭਾ ਰਿਹਾ ਦੂਜੇ ਪਾਸੇ ਮੰਥਨ ਤਿਆਰ ਵਰ ਤਿਆਰ ਹੈ ਔਰ ਸਾਹਮਣੇ ਵੇਖਾਂਗੇ 95 ਦਾ ਜਿਹੜਾ ਕਹਿੰਦੇ ਟਾਰਗੇਟ ਹੈ ਸਾਹਮਣੇ ਇੱਕ ਪਾਸੇ ਰੋਹਿਤ ਇੱਕ ਪਾਸੇ ਮੰਥਨ ਰਾਗ ਦੀਆਂ ਬਾਲਾਂ ਨੇ ਤੇ 95 ਦਾ ਟਾਰਗੇਟ ਹੈ ਵੀ ਬੱਲੀਆਂ ਬਣਾਗੇ ਝਾਂਜਰ ਤੇਰੀ ਤੇਰੇ ਨਾਲ ਨਾਲ ਹੈ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬਣਨਾ ਜਾਂ ਬਣ ਜਾਣਾ ਸੁਰਮਾ ਨਹੀਂ ਤੇ ਪੱਕੇ ਬਣ ਜਾਵਾਂਗੇ ਗਾਨੀ ਤੇਰੀ ਦੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਨੀ ਸੱਜਰੇ ਸ਼ਰੀਕ ਤੇਰੇ ਬਣ ਕੇ ਪਹਿਲੇ ਸਿੰਗਲ ਦਾ ਵਾਧਾ ਹੋਇਆ ਖਾਤਾ ਜਿਹੜਾ ਕਹਿੰਦੇ ਖੁੱਲਿਆ ਖਾਰਲ ਬਣੇ ਦੀ ਟੀਮ ਦਾ ਆਹ ਸਾਹਮਣੇ ਮੁੰਡਾ ਕਹਿੰਦੇ ਉਹਦੇ ਉੱਪਰ ਗਦਾਰ ਨੀ ਕਹਿੰਦੇ ਧਰਤੀ ਦਾ ਰੋਹਿਤ ਮੁੰਡਾ ਬਹਿਣੀਵਾਲ ਪਰਿਵਾਰ ਦਾ ਜਿਹੜਾ ਕਹਿੰਦੇ ਬਾਲਾਂ ਦਾ ਸਾਹਮਣਾ ਕਰਨ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹੈ ਵੱਡਾ ਟਾਰਗੇਟ 7-7 ਓਵਰ ਦਾ ਮੈਚ ਹੈ ਜੇ ਤੇਜ਼ ਕਰੇ ਖਾਰਲ ਬਣਾ ਬਾਈ 650 ਬੰਦਾ ਹੋ ਗਿਆ ਇੱਕ ਇੱਕ ਵਾਰੀ ਸ਼ੇਅਰ ਕਰ ਦੋ 1000 ਬੰਦਾ ਜੁੜ ਜੂ ਲਾਈਵ ਤੇ ਸਾਰੇ ਗਰੁੱਪਾਂ ਸ਼ੇਅਰ ਕਰ ਦੋ ਇੱਕ ਇੱਕ ਵਾਰੀ ਰੋਹਿਤ ਆ ਗਿਆ ਐਲਈਡੀ ਦਾ ਜੇਤੂ ਸੂਰਤਗੜ੍ਹ ਮੰਡੀ ਚ ਜਿੱਤ ਕੇ ਆਇਆ ਐਲਈਡੀ ਨਾਈਟ ਕੱਪ ਤੋਂ ਅੰਪਾਇਰ ਦਾ ਡਿਸੀਜਨ ਪ੍ਰਬੰਧਕ ਕਹਿੰਦੇ ਵੀ ਅੰਤਿਮ ਅੰਪਾਇਰ
ਖੜੋ ਨਾ, ਕੋਈ ਗੱਲ ਨੀ, ਚੁੱਪ ਕਰ ਦਿੰਦੇ ਆਪਾਂ। ਕਰੋ ਸ਼ੁਰੂ ਮੈਚ ਯਾਰ, ਟਾਈਮ ਬਹੁਤ ਲੱਗ ਗਿਆ ਮੈਚ ਤੇ, ਦੋ ਮੈਚ ਪਏ ਅਜੇ। ਅਜੇ ਲੱਗੀ ਨੀ ਕੋਈ ਨੀ ਕੋਈ ਨੀ ਯਾਰ, ਕਰੋ ਸ਼ੁਰੂ ਮੈਚ। ਚਾਰ ਬੋਲਾਂ ਇੱਕ ਰਨ ਆਇਆ, ਸਿਰੇ ਦੀਆਂ ਬੋਲਾਂ ਪਾਈਆਂ ਨਰਾਗ ਨੇ ਹੁਣ ਤੱਕ। ਅਗਲੀ ਵਾਰ ਫੇਰ ਆ ਟੱਕਰ ਦੇਖਣ ਵਾਲੀ, ਰੋਹਿਤ ਤੇ ਨਰਾਗ, ਪੈਂਦੀ ਹੋਈ ਬਾਲ ਸੁਰਾ, ਸਿਰੇ ਦੀ ਬੋਲ। ਠੀਕ ਹੈ ਯਾਰ ਭਾਈ, ਲਾਸਟ ਬਾਲ ਲਾਸਟ ਬਾਲ ਆ ਗਈ, ਪਹਿਲੇ ਓਵਰ ਦੀ ਲਾਸਟ ਬਾਲ, ਦੇਖਦੇ ਆ ਬਾਲ ਤੇ ਕੀ ਹੁੰਦਾ। ਸ਼ਾਟ ਲਾਸਟ ਬਾਲ ਤੇ ਸਿੰਗਲ, ਓਵਰ ਦੀ ਸਮਾਪਤੀ। ਇੱਕ ਓਵਰ ਦੋ ਰਨ, ਬਹੁਤ ਤਕੜਾ ਓਵਰ ਪਾਇਆ ਨਰਾਗ ਨੇ ਬਾਈ। ਮਤਲਬ ਸਮਝ ਨਹੀਂ ਆਈ ਯਾਰ ਗੱਲ ਦੀ। ਇੱਕ ਓਵਰ ਰਨ ਹੋ ਗਏ ਦੋ, ਆ ਗਿਆ ਅਗਲਾ ਓਵਰ ਲੈ ਕੇ ਡੀਜੇ, ਡੀਜੇ ਆ ਗਿਆ ਹੁਣ। ਚੁੱਪ ਕਰ ਅੰਕੁਸ਼ ਤਾਰੀ, ਨਹੀਂ ਨਹੀਂ ਜ਼ੋਰ ਲੱਗਿਆ ਯਾਰ, ਸੈਮੀ ਫਾਈਨਲ ਮੈਚ ਆ, ਦੋਨਾਂ ਟੀਮਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਪਹਿਲਾ ਪ੍ਰਾਈਜ਼ 71,000, ਦੂਜਾ 31,000 ਹੈ। ਪਹਿਲੀ ਬਾਲ ਡੀਜੇ ਤੇ ਰੋਹਿਤ, ਟੱਕਰ ਸਿਰੇ ਦੀ, ਬਹੁਤ ਸੋਹਣਾ ਸ਼ਾਟ ਪਿੱਛੇ ਇੰਦਰ, ਏ ਰਨ ਆਊਟ ਦਾ ਚਾਂਸ। ਠੀਕ ਹੈ ਠੀਕ ਹੈ, ਬਾਜੀ ਪੱਪੂ ਪਟਾਕਾ ਬਾਈ ਰੋਟੀ ਖਾਣ ਗਿਆ ਸੀ, ਲੰਗਰ ਛਕਣ ਗਿਆ ਸੀ, ਬਸ ਅਗਲੇ ਮੈਚ ਆਊਗਾ ਪੱਪੂ ਪਟਾਕਾ। ਡੀਜੇ ਤੇ ਮੰਥਨ, ਓ ਵਾਹ ਯਾਰ ਸ਼ੋਟ ਤੇ ਚਾਰ ਰਨ, ਇੱਥੇ ਰੱਖ ਪੱਪੂ ਪਟਾਕਾ, ਅਗਲੇ ਮੈਚ ਆਊਗਾ ਬਾਈ, ਰੈਸਟ ਕਰੀ ਜਾਂਦਾ, ਥੱਕ ਗਿਆ, ਗਰਮੀ ਬਹੁਤ ਹੈ ਤੁਹਾਨੂੰ ਪਤਾ ਬਾਈ ਯਾਰ, ਹੈਨਾ। ਬਾਈ ਹੌਲੀ ਬੋਲੋ ਯਾਰ, ਆਵਾਜ਼ ਜਾਂਦੀ ਲਾਈ ਚ। ਬਾਲ ਹਵਾ ਚ ਥੱਲੇ, ਸਚਿਨ ਤੇ ਸੰਦੀਪ, ਵਾਹ ਸਿਰੇ ਦਾ ਕੈਚ ਕੀਤਾ ਬਾਈ ਸੰਦੀਪ ਨੇ, ਆ ਗਿਆ ਕੌਣ, ਆ ਗਿਆ ਇਧਰਲੇ ਪਾਸੋਂ ਝੋਟੇ ਘੁੱਟ ਆ ਗਿਆ, ਕੌਣ ਆ ਗਿਆ ਦੱਸੋ ਕਮੈਂਟ ਕਰਕੇ।
ਤੁਹਾਡੇ ਤਾਂ ਬਰਫ਼ ਪੈ ਸਕਦੀ ਹੈ ਗੁਲਸ਼ਨ ਬਰਾੜ ਜੀ, ਤੁਸੀਂ ਕੁਛ ਵੀ ਕਰ ਸਕਦੇ ਹੋ। ਆਹ ਟੱਕਰ ਸਿਰੇ ਦੀ ਹੈ ਬਾਈ, ਵੇਖਣ ਵਾਲੀ ਟੱਕਰ ਹੈ। ਇੱਕ ਪਾਸੇ ਸਪੀਡ ਸਟਾਰ ਤੇ ਦੂਜੇ ਪਾਸੇ ਝੋਟੇ ਕੁੱਟ, ਪਹਿਲੀ ਬਾਲ, ਵਾਹ, ਵਾਈਡ ਬਾਲ, ਵਾਈਡ ਬਾਲ, ਪਾਸੇ ਨਾ ਭੱਜ। ਹਾਂਜੀ ਹਾਂਜੀ ਬਾਈ, ਰਨ ਬਾਈ 8 ਹੋ ਗਏ, 15-16। ਹਾਂਜੀ ਹਾਂਜੀ ਬਾਈ, ਤੁਸੀਂ ਆ ਜਾਓ, ਤੁਹਾਡਾ ਅਗਲਾ ਮੈਚ ਹੀ ਆ ਹੁਣ, 5 ਓਵਰ ਹੀ ਰਹਿ ਗਏ। ਅਗਲੀ ਬਾਲ ਫੇਰ, ਵਾਹ, ਸਾਰੇ ਦੀ ਬਾਲ, ਲਓ ਜੀ ਦੂਜੇ ਓਵਰ ਦੀਆਂ ਬਾਲਾਂ ਨੇ। ਮੁੰਡਾ ਕਹਿੰਦੇ ਡੀਜੇ ਬਾਲਾ ਪਾ ਰਿਹਾ, ਨੌ ਸਕੋਰ ਬਣੇ ਆ 95 ਦਾ ਟਾਰਗੇਟ, ਇੱਕ ਵਿਕਟ ਜਿਹੜੀ ਕਹਿੰਦੇ ਆਊਟ ਹੋ ਕੇ ਮੰਥਣ ਜਿਹੜਾ ਕਹਿੰਦੇ ਵਾਪਸ। ਇੱਕ ਪਾਸੇ ਅਰਸ਼ ਮੁੰਡਾ ਕਹਿੰਦੇ ਰਹਿਣ ਪਿੰਡ ਦਾ, ਇੱਕ ਪਾਸੇ ਮੁੰਡਾ ਰੋਹਿਤ, ਉਹਦੇ ਉੱਪਰ ਗਦਾਰ ਕਹਿੰਦੇ ਧਰਤੀ ਦਾ ਉੱਤੇ ਕਹਿੰਦੇ ਚੱਲ ਕੇ ਆਇਆ ਮੁੰਡਾ ਸੂਰਤਗੜ੍ਹ ਦੇ ਇਲਾਕੇ ਦਾ। ਡੀਜੇ ਦੀ ਪਹਿਲੀ ਬਾਲ, ਰੋਹਿਤ ਕਹਿੰਦੇ ਟਰਾਈ ਕਰਦਾ ਪਰ ਬਾਲ ਜਿਹੜੀ ਕਹਿੰਦੇ ਡਾਊਟ ਹੈ। ਆਹ ਟੱਕਰ ਵੇਖਣ ਵਾਲੀ ਹੈ, ਜੇਕਰ ਚੇਜ਼ ਕਰਿਆ ਤੇ ਜਿਹੜਾ ਖੜਾ ਸਾਹਮਣੇ ਇਹਦੇ ਵੱਡੀ ਜ਼ਿੰਮੇਵਾਰੀ ਹੋਵੇਗੀ। ਇੱਕ ਪਾਸੇ ਦੁਨੀਆ ਰਸ਼ੀਅਨ ਟੈਂਕਾ ਹਰੀ ਕਹਿੰਦੇ ਰਹਿਣ, ਅਗਲਾ ਮੈਚ ਹੈ ਵੀਰੇ ਕੁੰਡਲ ਤੇ ਕੋਣੀ ਦਾ। ਮੁੰਡਾ ਕਹਿੰਦੇ ਡੀਜੇ ਬਾਲਾ ਪਾ ਰਿਹਾ, ਵੀ ਡੀਜੇ ਵੱਜਦਾ ਨਿਆਈ ਵਾਲੀ ਖੇਤ ਵਿੱਚ ਕੋਈ ਠੀਕ ਹੈ ਯਾਰ। ਮੁੰਡਾ ਡੀਜੇ ਬਾਲਾ ਪਾ ਰਿਹਾ ਹੈ, ਦੂਜੇ ਓਵਰ ਦੀ ਲਾਸਟ ਬਾਲ, ਨੌ ਸਕੋਰ ਜਿਹੜੇ ਕਹਿੰਦੇ ਹਰੇ ਤੱਕ ਬਣੇ ਮੈਚ ਤੇ ਹਾਵੀ ਹੁੰਦੀ ਜਾ ਰਹੀ ਹੈ। ਟੀਮ ਕਹਿੰਦੇ ਗੰਗਾ ਨਗਰ ਦੀ ਪੈਂਦੀ ਬਾਲ, ਬੋਲ ਯਾਰ, ਸਪੀਡ ਦੇਖੋ ਮੁੰਡੇ ਦੀ, ਨਾਲ ਓਵਰ ਦੀ ਜਿਹੜੀ ਕਹਿੰਦੇ ਸਮਾਪਤੀ ਹੈ, ਓਵਰ ਸਮਾਪਤ, ਨੌ ਸਕੋਰ ਬਣੇ ਹੈ, 2/9 ਦਾ ਵੱਡਾ ਟਾਰਗੇਟ ਸੈੱਟ ਹੋਇਆ ਹੈ। ਹੁਣ ਮੈਚ ਨੂੰ ਜਿਹੜੇ ਕਹਿੰਦੇ ਜਿੱਤਣ ਵਾਸਤੇ 86 ਸਕੋਰ ਹੋਰ ਚਾਹੀਦੇ ਹੈ। ਬਾਲਾਂ ਜਿਹੜੀਆਂ ਕਹਿੰਦੇ 30 ਬਾਕੀ ਨੇ, ਕੁੰਡਲਾ ਡਿਸੀਜਨ ਦੱਸੋ ਜੀ, ਜਗਮੀਤ 5 ਓਵਰ ਰਹਿ ਗਏ 86, ਡਿਸੀਜਨ ਦੱਸੋ ਜੀ ਕੁੰਡਲਾ। ਬਾਲ, ਹਾਂ ਠੀਕ ਹੈ ਜੀ, ਬਾਲਾ ਪਾਊਗੀ ਕੁੰਡਲ। ਅਗਲੇ ਮੈਚ ਕੋਣੀ ਦੀ ਬੈਟਿੰਗ ਤੇ ਬੋਲਿੰਗ ਹੋਊਗੀ ਕੁੰਡਲ ਟੀਮ ਦੀ। ਇੱਕ ਮਿੰਟ ਦਿਨੀ ਤੋਂ ਉੱਥੋਂ ਇਸ਼ਾਰਾ ਕਰ ਬਈ, ਬੈਟਿੰਗ ਹੈ ਜੀ, ਬੈਟਿੰਗ ਹੈ ਕੁੰਡਲ ਦੀ, ਮਗਰ ਦੇਖ ਉਹ ਆਪ ਬੈਟਿੰਗ ਆਖੀ ਜਾਂਦੇ ਹੈ, ਹਾਂ ਤੈਨੂੰ ਗਲਤ ਭੇਜਤਾ ਤੇ ਆਪ ਹੁਣ ਬੈਟਿੰਗ ਹੈ। ਅਗਲੇ ਮੈਚ ਬੈਟਿੰਗ, ਹਾਂ ਠੀਕ ਹੈ, ਕੁੰਡਲ ਦੀ ਬੈਟਿੰਗ, ਬੋਲਿੰਗ ਹੈ ਕੋਣੀ ਦੀ, ਬਾਲਾ ਪਾਊਗੀ ਪਿੰਡ ਵਾਲੀ ਕਹਿੰਦੇ ਮੇਜ਼ਬਾਨ ਗੁਲਸ਼ਨ ਬਰਾੜ ਜੀ, ਕਿਵੇਂ ਹੋ? ਓਵਰ ਸਮਾਪਤ ਦਾ ਨੌ ਸਕੋਰ ਜਿਹੜੇ ਕਹਿੰਦੇ ਬਣੇ ਹੈ, ਤੀਜੇ ਓਵਰ ਦੀ ਸ਼ੁਰੂਆਤ ਹੋਵੇਗੀ। ਮੁੰਡਾ ਅਨੁਰਾਗ ਕਹਿੰਦੇ ਬਾਲ ਪਾਉਣ ਵਾਸਤੇ ਬਿਲਕੁਲ ਤਿਆਰ, ਪਹਿਲਾ ਓਵਰ ਬੜਾ ਚੋਟੀ ਦਾ ਗਿਆ ਮੁੰਡਾ ਹੈ, ਸਕੋਰਾਂ ਦੇ ਓਵਰ ਪਾਇਆ ਹੈ ਪਰ ਸਾਹਮਣੇ ਇੱਕ ਪਾਸੇ ਮੁੰਡਾ ਨਰਾਇਣ ਪਿੰਡ ਵਾਲਾ ਕਹਿੰਦੇ ਅਰਸ਼ ਵੱਡਾ ਟਾਰਗੇਟ ਸੱਟਾ ਹਿੱਟਾਂ ਦੀ ਲੋੜ ਹੈ, ਰਹਿੰਦੀਆਂ 30 ਬਾਲਾਂ ਤੇ 86 ਕਰਨੇ ਪੈਣੇ ਮੈਚ ਨੂੰ ਜਿੱਤਣ ਵਾਸਤੇ, ਪਰ ਜਿਹੜੀ ਜੋੜੀ ਖੜੀ ਹੈ ਉਹ ਛੱਕੇ ਮਾਰਨ ਦਾ ਦਮਖਮ ਰੱਖਣ ਵਾਲੀ ਖਿਡਾਰੀ ਹੈ। ਬੋਲ ਯਾਰ, ਉਹ ਮੁੰਡੇ ਨੇ ਕਹਿੰਦੇ ਐਨ ਚੜ੍ਹ ਚ ਬਿਲਕੁਲ ਕਹਿੰਦੇ ਭਾਤੀ ਹੈ, ਵੀ ਚੀਕੂ ਚੀਕੂ ਕਰਦੀ ਜੁੱਤੀ ਲੋਕ ਠਾਲ ਦੀ ਨੇਰੀ ਵੇ,
ਜਰਕਰ ਵਾਂਗੂ ਪੈਰ ਖੇਡਦੇ ਸਿਰੇ ਦੀ ਵੱਲ ਪਾ ਗਿਆ ਮੁੰਡਾ, ਪਰ ਸਾਹਮਣੇ ਵੇਖਾਂਗੇ ਇੱਕ ਸਿੰਗਲ ਦੇ ਨਾਲ ਦਸ ਸਕੋਰ ਜਿਹੜੇ ਕਹਿੰਦੇ ਬਣੇ ਆ ਮੈਚ ਨੂੰ ਜਿੱਤਣਾ ਤੇ ਹਾਲੇ ਵੀ 85 ਬਾਕੀ ਹੈ। ਉਦੇਪੁਰ ਵਾਲਿਆ ਕਰਨੇ ਪੈਣੇ ਨਾਲ ਇਹਨਾਂ ਜੇ ਇੱਥੋਂ ਮੈਚ ਪਾਵੇ ਫਿਰ ਗੱਲਾਂ ਹੋਣੀਆਂ, ਫਿਰ ਨਾਲੇ ਪੁੱਛਣੀਆਂ ਦੁਨੀਆਂ ਨੇ। ਪਰ ਉਧਰਲੇ ਪਾਸੇ ਅਨੁਰਾਗ ਮੁੰਡਾ ਗੰਗਾਨਗਰ ਦੀ ਧਰਤੀ ਦਾ ਕਿਸੇ ਤਰ੍ਹਾਂ ਦਾ ਕੋਈ ਮੌਕਾ ਨਹੀਂ ਦੇ ਰਿਹਾ ਕਹਿੰਦੇ ਬੱਲੇਬਾਜ਼ਾਂ ਨੂੰ ਹਿੱਟ ਖੇਡਣ ਦਾ। ਪਰ ਸਾਹਮਣੇ ਵੇਖਾਂਗੇ ਇੱਕ ਪਾਸੇ ਮੁੰਡਾ ਅਰਸ਼ ਹੈ, ਹੌਸਲੇ ਦੀ ਗੱਲ ਹੈ, ਹਿੱਟਾਂ ਦੀ ਲੋੜ ਹੈ, ਗੇਰ ਬਦਲ ਦੀ ਲੋੜ ਹੈ। ਪਰ ਸਾਹਮਣੇ ਮੁੰਡਾ ਗੰਗਾਨਗਰੀ ਹੈ, ਕਿਸੇ ਤਰ੍ਹਾਂ ਦੀ ਢਿੱਲ ਜਿਹੜੀ ਕਹਿੰਦੇ ਦੇ ਨਹੀਂ ਰਿਹਾ ਵੀ ਦੁਸ਼ਮਣ ਨਾਲ ਜੇ ਪੰਗਾ ਲਈਏ ਮੁੜਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਨਿਆਉਂਦਾ ਨੀ। ਇੱਕ ਵਾਰੀ ਜੇ ਲੰਘ ਗਿਆ ਵੇਲਾ ਮੁੜਕੇ ਹੱਥ ਆਉਂਦਾ ਨੀ, ਇਹ ਗੱਲ ਗੰਗਾਨਗਰੀ ਚੰਗੀ ਤਰ੍ਹਾਂ ਜਾਣਦਾ ਹੈ। ਇੱਕ ਸਿੰਗਲ ਦੇ ਵਾਧੇ ਹੋਏ ਇੱਕ ਇੱਕ ਕਰਕੇ ਜਿਹੜੇ ਕਹਿੰਦੇ ਸਕੋਰ ਜੋੜੇ ਜਾ ਰਹੇ ਹੈ, ਸਕੋਰ ਜਿਹੜਾ ਕਹਿੰਦੇ ਵੱਧ ਕੇ 12 ਹੋ ਚੁੱਕੇ ਹੈ। ਵੱਡੇ ਮੈਚ ਦੀ ਗੱਲ ਹੈ, ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ, ਜਿਹੜਾ ਜਿੱਤ ਗਿਆ 71,000 ਜਾਂ 31,000 ਚੋਂ ਇੱਕ ਇਨਾਮ ਇੱਕ ਟਰਾਫੀ ਦਾ ਦਾਅਵੇਦਾਰ ਬਣ ਜਾਣਾ ਹੈ। ਪਰ ਸਾਹਮਣੇ ਵੇਖਿਆ ਕਿ ਚੱਲਦੇ ਹੋਏ ਮੈਚ ਟੀਮ ਕਹਿੰਦੇ ਗੰਗਾਨਗਰ ਦੀ ਪੂਰੀ ਤਰ੍ਹਾਂ ਹਾਵੀ ਹੋ ਗਈ ਹੈ। ਦੂਜੇ ਓਵਰ ਦੀ ਖੇਡ ਮੈਦਾਨ ਅੰਦਰ ਜਿਹੜੀ ਕਹਿੰਦੇ ਖੇਡੀ ਜਾ ਰਹੀ ਹੈ ਤੇ ਪੈਂਦੀ ਬਾਲ ਉਧਰੇ ਪਾਸੇ ਅਨੁਰਾਗ ਵੱਧਦਾ ਕਹਿੰਦੇ ਬਾਲ ਪਾਉਣ ਵਾਸਤੇ ਤੇ ਰੋਹਿਤ ਰੋਹਿਤ ਓ ਐਕਸ਼ਨ 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 ਹੋ ਗਏ ਐਕਸ਼ਨ ਹੋ ਗਏ ਐਕਸ਼ਨ ਕਰਦੇ ਅਨੁਰਾਗ ਨੇ। ਹੁਣ ਐਨ 200 ਦੇ ਹੋ ਮੁੜਦਾ ਵੱਡੀ ਵਿਕਟ ਆਊਟ ਹੈ, 12 ਸਕੋਰ ਹੈ। ਡੀਜੇ ਵਾਲਾ ਬਾਬੂ ਹੁਣ ਕਹਿੰਦਾ ਵੀ ਬਾਸੀ ਹੋ ਗਈ ਹੈ ਸਾਡੀ ਤਾਂ ਕਮਲ ਆ ਗਿਆ ਵੀ ਦੂਣ ਤੇਰੇ ਲੱਗਦੇ ਆ ਤਾਨਿਆਂ ਦੇ ਵਾਂਗ ਵੀ ਤੂੰ ਕੋਲ ਲੰਘ ਜਾਂਦੀ ਹੈ ਬਗਾਨਿਆਂ ਦੇ ਵਾਂਗ ਸਾਂ ਜਾਣੀ ਸੱਜਣਾ ਨੂੰ ਮਿੱਟੀ ਦੀ ਤੂੰ ਢੇਰੀ ਤੇ ਸਾਡੇ ਵਾਰੀ ਰੰਗ ਮੁੱਕਿਆ ਹੋਲੀ 11 ਨਾਲ ਖੇਡੀ ਤੂੰ ਬਥੇਰੀ। ਡੀਜੇ ਵਾਲਾ ਕਹਿੰਦਾ ਵੀ ਸਾਡੀ ਵਾਰੀ ਰੰਗ ਹੀ ਮੁੱਕਿਆ ਲੱਗਦਾ ਮੈਨੂੰ। 12 ਸਕੋਰ ਹੈ ਤੇ 2 ਵਿਕਟਾਂ ਜਿਹੜੀਆਂ ਕਹਿੰਦੇ ਆਊਟ ਹੈ। ਤੀਜੇ ਓਵਰ ਦੀਆਂ ਬਾਲਾਂ ਨੇ ਪਰ ਹਾਲੇ ਤੱਕ ਕਹਿ ਸਕਦੇ ਵੀ ਮੈਚ ਬਾਕੀ ਹੈ ਕਿਉਂਕਿ ਕਮਲਾ ਕਹਿੰਦੇ ਖਾਟ ਲਮਾਨੇ ਵਾਲਾ ਹਿੱਟਾਂ ਖੇਡਣ ਦਾ ਦਮ ਥੰਮ ਰੱਖਣ ਵਾਲਾ ਖਿਡਾਰੀ ਹੈ। ਇੱਕ ਪਾਸੇ ਅਰੈਣ ਪਿੰਡ ਵਾਲਾ ਅਰਸ਼ ਵੀ ਹੈ, ਮੈਚ ਹਾਲੇ ਬਹੁਤ ਬਾਕੀ ਹੈ। ਪੈਂਦੀ ਬਾਲ ਤੇ ਕਰਦਾ ਮੁੰਡਾ ਕਹਿੰਦੇ ਟਰਾਈ ਖਾਟਾ ਵਾਲਾ ਤੇ ਸਾਹਮਣੇ 4 ਸਕੋਰਾਂ ਦੀ ਵਾਧੀ ਜਿਹੜੀ ਕਹਿੰਦੇ ਆਪਣੀ ਟੀਮ ਵਾਸਤੇ ਕਰ ਗਿਆ ਮੁੰਡਾ। 16 ਸਕੋਰ ਹਾਲੇ ਮੈਚ ਬਾਕੀ ਹਾਲੇ ਤੱਕ ਇਹ ਕਹਿ ਨਹੀਂ ਸਕਦੇ ਵੀ ਖਾਟ ਲਵਾਉਣਾ ਸੌਖੇ ਹੱਥ ਹਾਰ ਜੂਗੀ ਵੱਡੀ ਟੀਮ ਤਿਆਰ ਹੁੰਦੀ। ਰਾਜੂ ਬਾਈ ਅਗਲਾ ਮੈਚ ਕੁੰਡਲ ਦੀ ਬੈਟਿੰਗ ਬੋਲਿੰਗ ਹੋਊਗੀ ਕੋਣੀ ਦੀ ਸਪੈਸ਼ਲ ਉਚੇਚੇ ਤੌਰ ਤੇ ਪੁੱਜਿਆ ਹੋਇਆ ਕਹਿੰਦੇ ਟੀਮ ਨਾਲ ਕਹਿੰਦੇ ਮਾਣ ਕਰਨ ਵਾਸਤੇ ਟੀਮ ਨੂੰ ਸਪੋਰਟ ਕਰਨ ਵਾਸਤੇ। ਪਰ ਸਾਹਮਣੇ ਕਿਹਨੂੰ ਕੌਣ ਸਾਡਾ ਰਾਜੂ ਪੁੱਜਿਆ ਸਪੈਸ਼ਲ ਖਾਟਾ ਤੋਂ ਨਾਲ ਚਾਵਲ ਖਾਣ ਵਾਸਤੇ ਕੋਣੀ ਲੜੀ ਤੀਜੇ ਓਵਰ ਦੀ ਖੇਡ ਪਤਾ ਨਹੀਂ ਗਾ ਪਹਿਲੀ ਵਾਰ ਉਹਦੇ ਪਾਸੇ ਫੇਰ ਕਮਲ ਜੀ ਕਹਿੰਦੇ ਉਹ ਤਾਂ ਲੋਡ ਹੋ ਗਿਆ ਮੈਂ ਤਾਂ ਪਤਾ ਹੀ ਨਹੀਂ ਪਰ ਮੈਂ ਤੇ ਪੂਰੀ ਤਰ੍ਹਾਂ ਪਕੜ ਜਿਹੜੀ ਕਹਿੰਦੇ ਮਜ਼ਬੂਤ ਆ ਗੰਗਾਨਗਰ ਦੀ ਬਾਜ ਹੋ ਸਕਦਾ ਮੈਂ ਪਤਾ ਨਹੀਂ 3 ਓਵਰ ਤੇ 16 ਬਣੇ ਆ 95 ਦਾ ਟਾਰਗੇਟ ਹੈ ਤੇਰੀ ਸੋ ਤੇ 79 ਸਕੋਰ ਜਿਹੜੇ ਕਹਿੰਦੇ ਚਾਹੀਦੇ ਮੈਚ ਨੂੰ ਜਿੱਤਣ ਵਾਸਤੇ ਚੰਗਾ 4 ਓਵਰ 24 ਬਾਲਾਂ 79 ਲਾਸਟ ਬਾਲ ਤੇ ਕੀ ਆਇਆ ਸਰ
ਲਾਸਟ ਬਾਲ ਤੇ ਕੀ ਆਇਆ ਸੀ ਬਾਈ? ਦੌੜ ਸੀ ਨਾ ਲਾਸਟ ਬਾਲ, ਸੋਲਾਂ ਹੀ ਹੋ ਗਏ। ਕੈਪਟਨ ਸਾਹਿਬ ਤਾਂ ਹੁਣ ਵੇਖੇ ਆ, ਕਿੱਥੇ ਲਗਾ ਕੇ ਰੱਖਿਆ ਹੋਇਆ ਸੀਗਾ ਜੀ ਚਲਾਈਏ ਮੈਚ। ਤਿੰਨ ਓਵਰ 16 ਬਣੇ ਆ, 24 ਬਾਲਾਂ ਤੇ 89 ਸਕੋਰ ਜਿਹੜੇ ਕਹਿੰਦੇ ਹੋਰ ਕਰਨੇ ਮੈਚ ਨੂੰ ਜਿੱਤਣ ਵਾਸਤੇ। ਮੈਚ ਲਗਭਗ ਵਨ ਸਾਈਡਰ ਹੁੰਦਾ ਜਾ ਰਿਹਾ, ਪਰ ਸਾਹਮਣੇ ਮੁੰਡਾ ਕਹਿੰਦੇ ਸਾਹਮਣੇ ਰਹਿਣ ਪਿੰਡੇ ਵਾਲਾ ਬਿਲਕੁਲ ਤਿਆਰ ਵਰ ਤਿਆਰ ਹੈ। ਲੈ ਵੀ ਦੁਨੀਆਂ ਰਸ਼ੀਅਨ ਤਾਂ ਇੱਕ ਆਖਦੀ ਅੱਜ ਗੋਲੇ ਸੱਟੇ ਨਾ ਕੋਨੀ ਚ, ਫਿਰ ਗੱਲ ਬਣੀ ਨੀ ਤੇ ਦੁਨੀਆਂ ਨੇ ਆਖਣਾ ਵੀ ਜਵਾਕ ਹੀ ਗੁੱਟੇ ਆ। ਇਹ ਡੀਜੇ ਨੂੰ ਛੱਕਾ ਮਾਰੇ ਨਾ ਰਹਿਣ ਵਾਲਾ, ਫਿਰ ਗੱਲ ਬਣੀ ਮੁੰਡਾ ਚੌਥੇ ਓਵਰ ਦੀ ਸ਼ੁਰੂਆਤ ਕਰਨ ਵਾਸਤੇ ਮੁੰਡਾ ਡੀਜੇ ਬਿਲਕੁਲ ਤਿਆਰ ਵਰ ਤਿਆਰ ਹੈ। ਤਿੰਨ ਓਵਰ ਦੇ 16 ਬਣੇ ਆ, ਵੱਡੇ ਟਾਰਗੇਟ ਵੱਡੇ ਸਕੋਰਾਂ ਵੱਡੀਆਂ ਹਿੱਟਾਂ ਦੀ ਜਿਹੜੀ ਕਹਿੰਦੇ ਲੋੜ ਹੈ। ਮੁੰਡਾ ਕਹਿੰਦੇ ਬਾਲ ਪਾਉਣ ਵਾਸਤੇ ਬਿਲਕੁਲ ਤਿਆਰ ਵਰ ਤਿਆਰ ਹੈ ਵੀ ਸੁੱਕੀ ਲੋਕ ਛੱਡੇ ਤੀਰ ਪਿੱਛੇ ਨਹੀਂ ਮੁੜ ਰਹੇ। ਅੰਨਾ ਜ਼ੋਰ ਪਤਾ ਲੱਗੇ ਜਦੋਂ ਹੱਥ ਜੁੜਦੇ ਵੀ ਪਹਿਲੀ ਵਾਰੀ ਕਰ ਪਛਤਾਵਾ ਜਿਹੜਾ ਮਾਰਦਾ ਬਾਲੇ ਤੱਤਾ ਖੂਨ ਹੋਣਾ ਚਾਹੀਦਾ। ਜਿੱਤ ਗੋਡੇ ਟੇਕ ਦੀ ਤੇ ਜਿੱਤਣ ਦਾ ਬੰਜੇ ਤੇ ਜ਼ਰੂਰ ਹੋਣਾ ਚਾਹੀਦਾ। ਸਿਰੇ ਦੀ ਬੋਲ ਪਹਿਲੀ ਯਾਰ, ਬਾਲ ਕਹਿਰ ਦੀ ਪਾ ਗਿਆ ਤੇ ਸਾਹਮਣੇ ਰਹਿਣ ਵਾਲਾ ਸੋਚਦਾ ਵੀ ਬਣੀ ਤੇ ਬਣੀ ਕੀ ਜਾਂਦਾ ਹੁਣ। 23 ਬਾਲਾਂ ਵਾਸਤੇ ਜਿਹੜੇ ਕਹਿੰਦੇ ਮੈਚ ਨੂੰ ਜਿੱਤਣ ਵਾਸਤੇ ਬਾਕੀ ਹੈ। ਕੁੱਲ ਮਿਲਾ ਕੇ 14 ਛੱਕੇ ਹਾਲੇ ਵੀ ਹੋਰ ਮਾਰੇ ਗੱਲ ਬਣੀ ਹੈ। 13 ਛੱਕੇ ਬੱਚਾ ਹੀ ਮੈਚ ਨੂੰ ਜਿੱਤਣ ਵਾਸਤੇ ਪਹਿਲੀ ਬਾਲ ਤੇ ਸਾਹਮਣੇ ਵਾਈਡ ਬਾਲ ਦੀ ਫੈਸਲੀ ਹੈ। ਆ ਕੀ ਹੈ ਵਾਈਡ ਤੇ ਦੋ ਆਏ ਆ, ਦੋ ਵੀ ਆਏ ਨੀ, ਹਾਂ 10 ਵੀ ਆ ਗਏ। ਕੁੱਲ ਮਿਲਾ ਕੇ 3 ਆ ਗਏ ਹੈ ਬੇੜਾ ਬਾਲ ਤੋਂ, 76 ਬਾਕੀ। ਤੇਈ ਬਾਲਾਂ 76 ਸਾਡੇ 12 ਛੱਕਿਆਂ ਦੀ ਲੋੜ ਹੈ ਮੈਚ ਨੂੰ ਜਿੱਤਣ ਵਾਸਤੇ। ਲਗਭਗ ਹਰ ਦੂਜੀ ਵਾਰ ਤੇ ਹਿੱਟ ਆਵੇ ਤੇ ਫਿਰ ਗੱਲ ਬਣਨੀ ਹੈ। ਪਰ ਸਾਹਮਣੇ ਇੱਕ ਪਾਸੇ ਗੰਗਾ ਲੱਗੀ ਹੈ, ਇੱਕ ਪਾਸੇ ਰੈਣ ਪਿੰਡ ਵਾਲਾ ਮੁੰਡਾ ਕਹਿੰਦੇ ਟਰਾਈ ਤੇ ਭੱਜਿਆ ਨੀ ਕਿਉਂਕਿ ਜਾਣਦਾ ਹੁਣ ਤੇ ਛੱਕਿਆਂ ਦੀ ਗੱਲ ਸਾਰੀ ਦੀ ਸਾਰੀ। ਅਰਸ਼ ਭੱਜਿਆ ਨੀ, ਤੁਹਾਨੂੰ ਪਤਾ ਭੱਜਿਆ ਕਿਉਂ ਨੀ, ਇਹ ਡੀਜੇ ਦੇ ਛੱਕਾ ਮਾਰਨ ਨੂੰ ਫਿਰਦਾ। 22 ਬਾਲਾਂ 76 ਰਹਿ ਗਏ, 76 ਰਹਿਣ ਵਾਲਿਆ, ਹੁਣ ਪਤਾ ਲੱਗੂ ਭੱਜਿਆ ਨੀ। ਖੜਾਕ ਕਰਨਾ ਪੈਂਦੀ ਹੋਈ ਬਾਲ, ਓ ਡੀਜੇ ਹੈ ਛੇਦੀ ਕਿਤੇ ਛੱਕਾ ਇਹ ਵੀ ਨੀ ਖਾਂਦਾ। ਹੁਣ 21 ਬਾਲਾਂ 75 ਬਾਕੀ ਹੈ ਮੈਚ ਨੂੰ ਜਿੱਤਣ ਵਾਸਤੇ। ਉਧਰ ਸਾਡੇ ਸਰਦਾਰ ਗੁਰਤੇਜ ਸਿੰਘ USA ਵਾਲੀ ਕਹਿੰਦੇ ਆ ਵੀ ਜੇਕਰ ਰੈਣ ਵਾਲਾ ਮੈਚ ਜਿਤਾਉਂਦਾ ਤੇ 2100 ਰੁਪਏ ਦੇ ਵੱਡੇ ਮਾਣ ਹੋਣਗੇ। ਹੁਣ 21 ਬਾਲਾਂ ਤੇ 75 ਰਹਿ ਗਏ ਆ, ਹੋ ਜਾ ਫਿਰ ਖੱਟ ਵਾਲਿਆ ਖੜਕਾ ਕਰਨਾ ਪੈਣਾ। ਸਾਹਮਣੇ ਸੰਦੀਪ ਨੇ ਕਹਿੰਦੇ ਵਾਹ ਯਾਰ ਬਾਈ ਕੈਚ ਹੈ ਯਾਰ, ਬਹੁਤ ਟੌਪ ਦਾ ਕੈਚ ਕਰਿਆ, ਇੱਕ ਵਿਕਟ ਦਾ ਜਿਹੜਾ ਕਹਿੰਦੇ ਹੋਰ ਪਤਨਾ ਹੈ ਤੇ ਮੁਰਨਾ ਪੈ ਗਿਆ ਕਹਿੰਦੇ ਖੱਟ ਵਾਲੇ ਕਮਲ ਨੂੰ ਹੁਣ ਅੰਗਰੇਜ ਨਵਾਂ ਬੱਲੇਬਾਜ਼ ਆਏਗਾ ਕਹਿੰਦੇ ਪੈਂਦੀਆਂ ਬਾਲਾਂ ਦਾ ਸਾਹਮਣਾ ਕਰਨ ਵਾਸਤੇ ਸਾਰੇ ਦੀ ਸਾਰੀ ਗੱਲ। ਹੁਣ ਤੇ ਰਹਿਣ ਵਾਲੇ ਕਹਿੰਦੇ ਸਿੰਘ ਸਰਦਾਰ ਤੇ ਆ ਕੇ ਖੜ ਗਈ ਹੈ, ਜੇ ਮੈਚ ਜਿਤਾਵੇ 2100 ਰੁਪਿਆ ਸਾਡੇ USA ਲਵੀਰ ਸਰਦਾਰ ਗੁਰਤੇਜ ਸਿੰਘ ਹੀ ਕਹਿੰਦੇ ਵੀ ਸਾਡੇ ਵੱਲ ਹੋਣਗੇ, 1000 ਰੁਪਿਆ ਪ੍ਰਬੰਧਕਾਂ ਦਾ ਕਰ ਦਿੰਦੇ ਆ, 3100 ਹੋਵੇਗਾ ਜੇਕਰ ਮੈਚ ਜਿਤਾਵੇ ਰਹਿਣ ਵਾਲਿਆ। ਪਰ ਸਾਹਮਣੇ ਪੈਂਦੀ ਬਾਲ ਮੁੰਡਾ DJ ਯਾਰ ਕਹਿੰਦੇ ਆ ਵੀ
ਗਾਊਟ ਹੋ ਚੁੱਕੀ ਹੈ। ਸਾਹਮਣੇ ਹੁਣ ਜਿੰਨੀਆਂ ਬਾਲਾਂ ਰਹਿ ਗਈਆਂ ਲਗਭਗ ਹਰ ਬਾਲ ਤੇ ਛੱਕੇ ਵਾਲੀ ਕਹਿੰਦੇ ਕੋਸ਼ਿਸ਼ ਕਰਨੀ ਪੈਣੀ 19 ਬਾਲਾਂ ਤੇ 75 ਜਿਹੜੇ ਕਹਿੰਦੇ ਮੈਚ ਨੂੰ ਜਿੱਤਣ ਵਾਸਤੇ ਹਾਲੇ ਵੀ ਬਾਕੀ ਨੇ। ਮੈਚ ਬਿਲਕੁਲ ਜਿਹੜਾ ਕਹਿੰਦੇ ਗੰਗਾਨਗਰ ਦੀ ਪੱਕੜ ਚ ਜਾਪ ਰਿਹਾ, ਪਰ ਸਾਹਮਣੇ ਜੇ ਛੱਕੇ ਲੱਗ ਗਏ ਤੇ ਗੱਲ ਬਣ ਵੀ ਸਕਦੀ ਹੈ, ਖੇਡ ਕਾਸ ਤੋਂ ਇਹਦੇ ਤੇ ਚੇਂਜ ਹੋ ਜਾਂਦੇ ਹੈ। 19 ਬਾਲਾਂ 75 ਬਾਕੀ ਹੈ, ਪਹਿਲੀ ਵਾਰ ਬਾਈ ਡੀਜੇ ਦੀ ਬੋਲਿੰਗ ਦੱਸੋ ਕਿਵੇਂ ਲੱਗੀ ਤੁਹਾਨੂੰ ਰਾਗ ਦੀ? ਯਾਰ ਪਹਿਲੇ 4 ਓਵਰ ਸਿਰਾ ਬੋਲਿੰਗ ਕੀਤੀ, 4 ਓਵਰ ਸਿਰਾ ਲਾ ਤੇ ਬਾਈ ਹੁਣ ਰਾਗ ਤੇ ਡੀਜੇ ਨੇ। ਆ ਗਿਆ, ਮੈਂ ਲੱਗਦਾ ਸੌਰਵ ਆ ਗਿਆ ਹੁਣ। ਸੌਰਵ ਆ ਗਿਆ ਹੁਣ, ਬਹੁਤ ਦਿਸੀ ਨੀ ਸਾਨੂੰ। ਠੀਕ ਹੈ, ਠੀਕ ਹੈ ਬਾਈ। 4 ਓਵਰ 20 ਸਕੋਰ ਬਣੇ ਹੁਣ 18 ਬਾਲਾਂ 75। ਮੈਚ ਨੂੰ ਜਿੱਤਣ ਵਾਸਤੇ ਰਵੀ ਰਹਿਣਾ ਦਾ ਜੇ ਮੈਚ ਦਾ 2100 ਰੁਪਇਆ ਸਾਡੇ ਯੂਐਸਏ ਵਾਲਾ ਵੀਰ ਸਰਦਾਰ ਗੁਰਤੇਜ ਸਿੰਘ ਕਹਿੰਦੇ ਵੀ ਸਾਡੇ ਵੱਲੋਂ ਹੈ, 1000 ਰੁਪਇਆ ਪ੍ਰਬੰਧਕ ਕਹਿੰਦੇ ਵੀ ਸਾਡੇ ਵੱਲੋਂ ਹੈ, 2100 ਰੁਪਇਆ ਮਾਣ ਹੋਵੇਗਾ, ਛੱਕਿਆਂ ਦੀ ਲੋੜ ਹੈ। ਸੌਰਵ ਆ ਗਿਆ ਕਹਿੰਦੇ ਬਾਲ ਪਾਉਣ ਵਾਸਤੇ, ਵੀ ਕੋਈ ਹੱਥਾਂ ਤੇ ਲਕੀਰਾਂ ਹੁੰਦੀਆਂ ਕਦੇ ਨੀ, ਉਹ ਡੈਡ ਤਕਦੀਰਾਂ ਹੁੰਦੀਆਂ, ਹੌਸਲੇ ਦਾ ਛਾਤੀ ਤੇ ਬਰੂਦ ਚਾਹੀਦਾ, ਕਦੇ ਵੀ ਨਿਸ਼ਾਨੇ ਰੋੜੋ ਬਾਹਰ ਨਹੀਂ ਹੁੰਦੇ, ਮਿਹਨਤਾਂ ਦੇ ਪੈਂਦਾ ਸਿਰ ਮੁੱਲ ਬੰਨਿਆ, ਔਰ ਤੁੱਕਿਆਂ ਨਾ ਬਣਦੇ ਸਟਾਰ ਨਹੀਂ ਹੁੰਦੇ। ਪਹਿਲੀ ਵਾਰ ਵਾਹ ਯਾਰ ਡੀਜੇ, ਬੱਲੇ ਬੱਲੇ ਬੱਲੇ, ਕੋਸ਼ਿਸ਼ ਬਹੁਤ ਵੱਡੀ ਕਰੀ ਡੀਜੇ ਨੇ, ਪਰ 4 ਸਕੋਰਾਂ ਦੇ ਵਾਧੇ ਹੋ ਗਏ ਹੁਣ 17 ਵਾਲਾ, 71 ਚਾਹੀਦੇ ਮੈਚ ਨੂੰ ਜਿੱਤਣ ਵਾਸਤੇ। ਰਹਿਣ ਵਾਲਿਆ ਜੋ ਇੱਥੋਂ ਜਿਤਾਵੇ ਤੇ ਵੱਡੇ ਮਾਣ ਸਨਮਾਨ, ਹਾਲੇ ਤੇ 2100 ਦੀ ਅਨਾਊਂਸਮੈਂਟ ਆ ਤੇ ਹਾਲੇ ਹੋਰ ਵੀ ਆਉਣੀ ਹੈ, ਹੋ ਜਾ ਫਿੱਟ, ਚਰਚੇ ਨੌਜਵਾਨ ਚਲਾਉਣੇ ਪੈ ਰਹੇ ਹੈ। 4 ਓਵਰ ਹੋ ਗਏ ਹੈ, ਰਹਿੰਦੀਆਂ 17 ਵਾਲਾਂ ਤੇ ਹੁਣ ਤਾੜ ਤਾੜ ਹੋਣੀ ਚਾਹੀਦੀ ਹੈ, ਢਲਦਾ ਕਹਿੰਦੇ ਉਹਦੇ ਪ੍ਰਮਾਤਮਾ ਨੂੰ ਮੁੰਡਾ, 17 ਵਾਲਾਂ ਬਾਕੀ ਨੇ, 71 ਚਾਹੀਦੇ ਮੈਚ ਨੂੰ ਜਿੱਤਣ ਵਾਸਤੇ, ਮੁੰਡਾ ਪੌਦਾ ਵਾਲ ਉਹਦੇ ਪਾਸੇ ਉਹ ਛੱਡਤਾ, ਪਰ ਕੁੱਲ ਬਣਾ ਕੇ 2 ਸਕੋਰਾਂ ਦੇ ਵਾਧੇ, ਕੈ ਛੱਡਤਾ ਟੈਂਕ ਦਾ, 26 ਬਣ ਗਿਆ 16 ਵਾਲਾ, ਰਸ਼ੀਅਨ ਟੈਂਕ ਦਾ ਛੱਡਤਾ ਕੈਚ, 70 ਜਿਹੜੇ ਕਹਿੰਦੇ ਕਰਨੇ ਆ, 16 ਵਾਲਾ 12 ਛੱਕਿਆਂ ਦੀ ਲੋੜ ਹੈ ਮੈਚ ਨੂੰ ਜਿੱਤਣ ਵਾਸਤੇ। ਸੌਲਾ ਵਾਲਾ, ਇਸ ਤੋਂ ਬਾਅਦ ਪਿੰਡ ਵਾਲੇ ਮੁੰਡੇ ਤਿਆਰ ਹੋ ਜਾਣਗੇ, ਬਾਲਾ ਪਾਊਗੀ ਕੋਨੀ ਦੀ ਟੀਮ, ਬੱਲੇਬਾਜ਼ੀ ਕਰੇਗੀ ਕੁੰਡਲ ਦੀ ਟੀਮ, ਦੂਜਾ ਸੈਮੀ ਫਾਈਨਲ ਮੈਚ ਖੇਡੋ, ਬਹੁਤ ਛੱਕਾ ਹੋ ਲੰਮਾ ਮਾਰਿਆ ਯਾਰਾਂ ਦਾ, ਰਹਿਣ ਵਾਲਾ ਕਹਿੰਦਾ ਵੀ ਹੁਣ ਚੱਲਿਆ ਹਾਲੇ ਬਾਕੀ ਹੈ, ਹਾਲੇ ਮੁੱਕਿਆ ਨੀ, ਹਾਲੇ ਬਾਕੀ ਹੈ, ਛੱਕਾ ਲੱਗ ਗਿਆ ਇੱਕ ਹੋਰ, ਹਾਂਜੀ ਹੁਣ 15 ਵਾਲਾ ਤੇ ਛੱਕੇ 10.5, ਮੈਚ ਨੂੰ ਜਿੱਤਣ ਵਾਸਤੇ ਰਹਿ ਗਏ, ਰਹਿਣ ਵਾਲਾ ਹਿਸਾਬ ਲਾਲਾ ਵੀ ਇੱਥੋਂ ਮੈਚ ਤਾਂ ਆ ਗਿਆ ਤੇ ਫਿਰ ਦੁਨੀਆ ਨੇ ਕਹਿੰਦੇ ਸਰਨਾਵੇ ਪੁੱਛਣੇ ਆ, ਫੇਸਬੁੱਕ ਇੰਸਟਾਗ੍ਰਾਮ ਤੇ ਕਈ ਦਿਨ ਰਹਿਣ ਵਾਲਾ ਹੀ ਹੋਈ ਜਾਣਾ, ਜੇ ਇੱਥੋਂ ਮੈਚ ਤਾਂ ਆ ਗਿਆ ਹੋ ਜਾ ਫਿੱਟ, 15 ਵਾਲਾ 63
ਮੈਚ ਨੂੰ ਜਿੱਤਣਾ ਤੇ ਸਾਡੇ ਦਰਸ਼ਕਾਂ ਦੀ ਲੋੜ ਹੈ। ਪੈਂਦੀ ਵਾਲ ਉਹਦੇ ਪਾਸੇ ਫੇਰ ਆਓ ਬੱਲੇ 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 ਮੁੰਡਾ ਕਰਦਾ ਟਰਾਈ ਪਰ ਸਾਹਮਣੇ ਫੀਲਡਰ ਜਿਹੜਾ ਕਹਿੰਦੇ ਮੌਜੂਦ ਬਹੁਤ ਤਕੜਾ ਫੜਕਰੀ ਅੱਧੇ ਗੰਗਾ ਨਗਰੀਏ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਸੁਨੀਲ ਬਾਈ ਸਾਡਾ ਪਰਦੇਸੀ ਬਿਸ਼ਨੋਈ ਏਰੀ ਵਾਲੇ ਭੇਜੇ ਹੋਏ ਹੈ ਬਹੁਤ ਵੱਡਾ ਧੰਨਵਾਦ ਕਰਦੇ ਵੀਰਾਂ ਦੇ ਔਰ ਸਾਹਮਣੇ ਵੇਖਾਂਗੇ ਹੁਣ ਮੈਚ ਨੂੰ ਜਿੱਤਣਾ ਉੱਤੇ 14 ਬਾਲਾ 11 ਛੱਕੇ 14 ਬਾਲਾ 10.5 ਛੱਕੇ ਮੈਚ ਨੂੰ ਜਿੱਤਣਾ ਉੱਤੇ ਮੁੰਡੇ ਗੰਗਾ ਨਹੀਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਦੇਈ ਜਾਂਦੇ ਐਵੇਂ ਚੋਟੀ ਦੀਆਂ ਬਾਲਾਂ ਪਾਈ ਜਾਂਦੇ ਜਾਣਦੇ ਹੈ ਵੀ ਢਿੱਲ ਦੇ ਨਾ ਫਾਇਦਾ ਕੋਈ ਨੀ ਪੂਰੇ ਪੂਰੇ 71,000 ਦੀ ਗੱਲ ਹੈ ਵੀ ਚੱਕ ਜਾਂਦੇ ਫਾਇਦਾ ਲੋਕੀ ਦਿੱਤੀ ਹੋਈ ਢਿੱਲਦੇ ਜੀ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾਲ ਮਿਲਦੇ ਜੀ ਸੀ ਉਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿੰਦੇ ਜੀ ਪਿਸਟਲ ਤਾਂ ਮਿਲਣ ਬਾਜ਼ਾਰੋਂ ਜਿਗਰੇ ਨਾਲ ਮਿਲਦੇ ਜੀ 13 ਬਾਲਾ ਤੇ 11 ਛੱਕੇ ਚਾਹੀਦੇ ਹੈ ਪਹਿਲੀ ਵਾਲ ਉਧਰਲੇ ਪਾਸੇ ਰਹਿਣ ਵਾਲਾ ਉਹ ਬੱਲੇ ਹੋਰ ਓਵਰ ਦੀ ਸਮਾਪਤੀ ਤੇ 38 ਬਣ ਗਏ ਹੁਣ ਮੈਚ ਨੂੰ ਜਿੱਤਣ ਵਾਸਤੇ 12 ਬਾਲਾ 9.5 ਛੱਕੇ ਚਾਹੀਦੇ ਹੈ ਬਾਰਾਂ ਬੋਲਾਂ ਰਹਿ ਗਏ 9.5 ਛੱਕੇ ਆ ਗਿਆ ਸਚਿਨ ਸਤਵੰਜਾ ਲੈ ਲਈ 12 ਬਾਲਾਂ ਜਿਹੜੀਆਂ ਬਾਕੀ ਹੁਣ 57 ਚਾਹੀਦੇ ਇੱਕ ਪਾਸੇ ਅੰਗਰੇਜ਼ ਇੱਕ ਪਾਸੇ ਅਰਸ਼ ਕੋਸ਼ਿਸ਼ ਕਰੀ ਜਾਂਦੇ ਆ ਹਾਲੇ ਤੱਕ ਕਹਿ ਨਹੀਂ ਸਕਦੇ ਵੀ ਮੈਚ ਬਿਲਕੁਲ ਜੇਤੂ ਬਣ ਗਏ ਗੰਗਾ ਨਗਰ ਦੀ ਹਾਲੇ ਛੱਕੇ ਲੱਗ ਸਕਦੇ ਆ ਇਹ ਖੇਡ ਕਾਸਕੋ ਹੈ 12 ਬਾਲਾਂ 9.5 ਛੱਕੇ ਪਹਿਲੀ ਵਾਲ ਇੱਕ ਸਿੰਗਲ ਦੇ ਨਾਲ ਸਟਰਾਈਕ ਜਿਹੜਾ ਕਹਿੰਦੇ ਚੇਂਜ ਹੋਇਆ ਜੇਕਰ ਰਹਿਣ ਵਾਲਿਆ ਛੱਕੇ ਮਾਰ ਕੇ ਮੈਚ ਆ ਗਿਆ ਹੁਣ ਤੇ ਵੱਡੇ ਮਾਨ ਸਨਮਾਨ ਹੈ ਸਰਦਾਰ ਹਾਂਜੀ ਹਾਂਜੀ ਮੈਂ ਨਾ ਸਮਾਨ ਦੇਣ ਆਉਣਾ ਸੀ ਯਾਰ ਬੋਲਾਂ ਸੀ ਤੇ ਵਾਲ ਪੇਪਰ ਸੀਗੇ ਤਾਂ ਕਰਕੇ ਆਇਆ ਸੀਗਾ ਬੰਦੇ ਕਹਿੰਦੇ ਵੀ ਸਾਡੇ ਵੱਲੋਂ ਹੋ ਗਿਆ ਕੁੱਲ ਮਿਲਾ ਕੇ 3200 ਰੁਪਇਆ ਜਿਹੜਾ ਕਹਿੰਦੇ ਦਿੱਤਾ ਜਾਵੇਗਾ ਜੇ ਇੱਥੋਂ ਮੈਚ ਦਾ ਆਵੇ ਹਾਂ 1100 ਰੁਪਇਆ ਵੀਰ ਸਾਡਾ ਮੰਗੀ ਕੈਨੇਡਾ ਦਾ ਕਹਿੰਦਾ ਵੀ ਸਾਡਾ ਕਰ ਦੋ 4300 ਰੁਪਇਆ ਹੁਣ ਦੇ ਦੋ ਕੱਢ ਦੇ 9 ਹੀ ਰਹਿ ਗਏ ਆ ਹੋ ਜਾ ਫਿੱਟ 4300 ਰੁਪਇਆ ਪੈਂਦੀ ਬਾਲ ਤੇ ਸਾਹਮਣੇ ਵੇਖਾਂਗੇ ਮੁੰਡਾ ਸਿੰਘ ਸਰਦਾਰ ਬਿਲਕੁਲ ਤਿਆਰ ਬਰ ਤਿਆਰ ਵੀ ਘੋੜੇ ਦੀ ਤਾਂ ਮੋਟਰਸਾਈਕਲ ਤੀਰ ਦੀ ਥਾਂ ਪਿਸਤੌਲ ਲਿਆ ਰੰਗ ਬਦਲਦਾ ਦੇਖ ਜਮਾਨਾ ਸਿੰਘਾਂ ਬਦਲ ਮਾਹੌਲ ਲਿਆ ਮੁੰਡਾ ਗੁਰੂ ਦਾ ਖਾਸਾ ਬਿਲਕੁਲ ਕਹਿੰਦੇ ਤਿਆਰ ਬਰ ਤਿਆਰ ਉਹ ਪੈਂਦੀ ਕਹਿੰਦੇ ਟਰਾਈ ਬਰ ਬਾਲ ਜਿਹੜੀ ਕਹਿੰਦੇ ਡਾਊਟ ਹੋ ਚੁੱਕੀ ਹੁਣ 10 ਬਾਲਾਂ ਮੈਚ ਨੂੰ ਜਿੱਤਣ ਵਾਸਤੇ 9 ਛੱਕਿਆਂ ਦੀ ਲੋੜ ਹੈ 9 ਤੋਂ ਵੀ 2 ਉੱਪਰ ਹੈ ਕੁੱਲ ਬਣਾ ਕੇ 56 ਕਰਨੇ ਹੈ ਪਰ ਵੱਧ ਜਾਂਦੀ ਹਲੇ ਵੀ ਆਸ ਤੇ ਉਮੀਦ 1-2% ਜਿਹੜੀ ਬਾਕੀ ਹੈ ਖਾੜ ਲਵਾਣੀ ਦੀ ਟੀਮ ਨੇ ਔਰ ਵੱਡੇ ਮਾਣ ਹੈ
ਰਹਿਣ ਵਾਲੇ ਛੱਕੇ ਵੱਜਣੇ ਚਾਹੀਦੇ, ਜਿੱਤ ਹਾਰ ਤੇ ਬਣੀ ਆਈ ਹੈ। ਨੌਜਵਾਨਾਂ ਜੇ ਛੱਕੇ ਮਾਰਿਆ ਨਾ ਫਿਰ ਵੀ ਮਾਣ ਹੋ ਜਾਣੇ ਹੈ, ਪਰ ਸਾਹਮਣੇ ਬਾਲਾ ਗੰਗਾ ਨਗਰੀਆ ਟੋਪ ਦੀਆਂ ਪਾ ਰਿਹਾ 10 ਬਾਲਾ ਤੇ 56, 10 ਬਾਲਾ 56 ਬਾਕੀ। ਇਸ ਤੋਂ ਪਹਿਲਾਂ ਇਸ ਤੋਂ ਬਾਅਦ ਕੁੰਡਲ ਬੱਲੇਬਾਜ਼ੀ ਕਰੇਗੀ ਬਾਲਾ ਬਣ ਕੇ ਕੋਨੇ ਵਾਲੇ ਬਾਲ ਜਿਹੜੀ ਕਿਤੇ ਡਾਊਟ। ਹੁਣ 9 ਬਾਲਾ 56 ਬਾਕੀ ਨੇ, ਹੁਣ ਤੇ 9 ਛੱਕੇ ਵੀ ਵੱਜ ਗਏ ਤੇ ਫਿਰ ਵੀ ਇੱਕ ਸਕੋਰ ਨਾਲ ਜਿੱਤ ਜਾਣਾ ਗੰਗਾਨਗਰ ਨੇ। ਬੱਲੇ 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 ਹਿੱਟ ਬੜੀ ਜ਼ੋਰਦਾਰ ਹੈ, 6 ਸਕੋਰਾਂ ਲਈ ਵਾਧੇ ਨੇ, 8 ਬਾਲਾਂ ਬਾਕੀ, ਹੁਣ 50 ਮੈਚ ਨੂੰ ਜਿੱਤਣ ਵਾਸਤੇ ਹਰੇ ਵੀ ਬਾਕੀ ਨੇ, 8 ਬਾਲਾਂ 50। ਆ ਮੈਚ ਤੋਂ ਬਾਅਦ ਕੁੰਡਲਾਂ ਦੀ ਟੱਕਰ ਹੋ ਰਹੀ ਹੈ ਪਿੰਡ ਵਾਲੇ ਕੋਨੀ ਵਾਲੇ ਮੁੰਡਿਆਂ ਦੇ ਨਾਲ, ਤੇ ਕਾਤੇ ਦਾ ਇੰਤਜ਼ਾਰ ਆ ਬਹੁਤਾ। ਦੁੜੀਆਂ ਕਹਿੰਦੇ ਪਿਆਰ ਕਰਦੀ ਮਣਾ ਬੂਹੀ, ਰਾਣਾ ਦਾ ਮੁੰਡਾ ਕਹਿੰਦੇ ਖੇਡੇਗਾ ਤੇ ਚਰਚੇ ਹੋਣੇ ਆ। ਪਰ ਸਾਹਮਣੇ 8 ਬਾਲਾਂ 50 ਰਹਿ ਗਏ ਮੈਚ ਨੂੰ ਜਿੱਤਣਾ ਤੇ ਚਲਾਓ ਚਲਾਓ ਮੈਚ ਰੁਕਿਆ ਨਾ ਕਰੋ ਬਹੁਤਾ। ਇਸ ਤੋਂ ਬਾਅਦ ਇੱਕ ਸੈਮੀ ਇੱਕ ਫਾਈਨਲ, 2 ਮੈਚ ਪੂਰੇ ਬਾਕੀ ਆਪਣੇ ਕੋਲ। ਅੱਠ ਬਾਲਾ 50 ਛੱਕਾ ਬਹੁਤ ਲੰਮਾ ਵੱਜਾ ਦਾ, ਉਹ ਟੈਂਟ ਤੋਂ ਵੀ ਪਾਰ ਗਿਆ ਸਾਰੇ ਦਾ ਸਾਰਾ। 6 ਨੇ ਵਾਧੇ, 7 ਬਾਲਾ 44 ਰਹਿ ਗਏ ਹੈ, 7 ਬਾਲਾ 44 ਰਹਿ ਗਏ ਹੈ। ਉਹੀ ਕੰਮ ਹੋ ਗਿਆ ਜਿਹੜਾ ਇੱਕ ਦੋ ਦਿਨ ਪਹਿਲਾਂ ਜਦੋਂ ਕਿੰਗ ਆਇਆ ਸੀ ਉਦੋਂ ਹੋਇਆ ਸੀ ਸੇਮ। ਪਰ ਸਾਹਮਣੇ ਹੁਣ ਵੇਖਾਂਗੇ ਹਾਰ ਬਾਲ ਤੇ ਛੱਕਾ, ਜੇਕਰ ਵੱਜੇ ਫਿਰ ਵੀ ਮੈਚ ਨਹੀਂ ਜਿੱਤ ਸਕਦੀ ਟੀਮ, ਕਦੇ ਖਾਟਾ ਨਹੀਂ। ਪਰ ਜੇ ਨੋ ਆਉਂਦੀ ਹੈ ਵਾਈਡ ਆਉਂਦੀ ਹੈ ਫਿਰ ਗੱਲ ਬਣ ਸਕਦੀ ਹੈ। 7 ਬਾਲਾਂ 44 ਮੈਚ ਨੂੰ ਜਿੱਤਣਾ ਤੇ ਗਈਆਂ ਨੇ, ਖਿੱਚ ਕੇ ਪਾ ਦੇ ਬਾਲਾ, ਬਹੁਤਾ ਸਮਾਂ ਨਾ ਲਈ ਕਿਉਂਕਿ ਸੈਮੀ ਹਾਲੇ ਇੱਕ ਹੋਰ ਹੈ ਬਾਕੀ ਆ, ਮੈਚ ਨੂੰ ਬਹੁਤ ਟਾਈਮ ਲੱਗ ਗਿਆ। ਮਾੜਾ ਜਿਹਾ ਚਲਾ ਕੇ ਰੱਖਿਆ ਕਰੋ ਮੈਚ ਕਿਉਂਕਿ ਹੁਣ ਸਮਾਂ ਇੱਥੋਂ ਭੱਜਿਆ ਹੀ ਜਾਣਾ। ਵਾਜੀ ਵਿੱਚ ਚਾਂਸ ਬਣ ਗਿਆ, ਲਓ ਜੀ ਹੁਣ ਮੈਚ ਲਗਭਗ ਐਕਸ਼ਨ, ਓਹ ਐਕਸ਼ਨ ਕਰ ਗਿਆ ਸਚਿਨ ਵੀ ਕਰ ਗਿਆ ਐਕਸ਼ਨ ਅੱਜ ਤਾਂ। ਖਾਟਾਂ ਵਾਲੇ ਖੇਡਣੀਆਂ ਪਹਿਲਾਂ, ਕੋਈ ਚੱਕਰ ਨੀ ਕਰਾ ਦੇ ਤਾਰੀ ਖਿੱਚ ਕੇ ਜੇ ਕਰਾ ਦੇ ਪਹਿਲਾਂ, ਇੱਕ ਦੋ ਬਾਲਾਂ ਖੇਲੋ ਯਾਰ ਜੀ ਲੱਗਦਾ ਹੋਇਆ ਤਾਂ ਠੀਕ ਹੈ। ਨਵੀਂ 6 ਬਾਲਾ ਬਾਕੀ ਹੈ, 6 ਬਾਲਾਂ 43 ਸਕੋਰ ਨੇ। ਲਓ ਜੀ ਪਹਿਲੀ ਵਾਰ ਦੇ ਛੱਕਾ ਆ ਗਿਆ,
ਦੇਖੋ 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 ਦੂ ਹੈ ਜੀ ਦੂ ਹੈ ਤਿੰਨ ਬਾਲਾ ਕੀ ਹਾਲ ਮਸਲ ਭਾਈ ਕੁੰਡਲਾ ਬੱਲੇਬਾਜ਼ ਕਿਵੇਂ ਹੋ ਕੁੰਡੀ ਵਾਲੇ ਹੋ ਜੋ ਫਿੱਟ ਬਾਲਾ ਪਾਵੇਗੀ ਕੋਨੀ ਦੀ ਟੀਮ ਤੇ ਦੂਜੇ ਸਮੇਂ ਫਾਈਨਲ ਮੈਚ ਦੀ ਸ਼ੁਰੂਆਤ ਹੋਵੇਗੀ ਹਾਂ ਭਾਈ ਬੋਲ ਲਾਸਟ ਬੋਲ ਓ ਵਾਹ ਲਾਸਟ ਬੋਲ ਤੇ ਵਿਕਟ ਆ ਗਈ ਲਾਸਟ ਬੋਲ ਤੇ ਧੰਨਵਾਦ ਅਸੀਂ ਕਰਾਂਗੇ ਫਾਟਲਵਾੜ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ।